ਟਰੈਕਟਰ ਲੈ ਗਏ ਯਾਰ, ਮੱਝਾਂ ਨੂੰ ਆਪਾਂ ਸਾਹਮਣਾ ਕਰਨਾ ਬੜਾ ਔਖਾ, ਮੱਝਾਂ ਨੀ ਟਰੈਕਟਰ ਖੜੀਏ ਚੁੱਪ ਗਿਆ, ਉਹਨਾਂ ਟਰੈਕਟਰ ਦੇ ਸਾਨੂੰ ਬਾਕੀ ਲੈ ਜਾਓ, ਕਿੰਨੇ ਪੈਸੇ ਦਿੱਤੇ ਹੋਣਗੇ, ਕਿੱਥੇ ਆਪਣਾ ਬੰਦਾ ਕੈਮਰਾਮੈਨ ਨੂੰ ਆਵਾਜ਼ ਮਾਰ ਗੋਰੇ ਨੂੰ, ਯਾਰ ਯਾਰ ਟਰੈਕਟਰ ਨੂੰ ਮਾਰੋ ਧੱਕਾ ਨੂੰ, ਕਹਿੰਦੇ ਟਰੈਕਟਰ ਦੇ ਦੇ ਬਾਕੀ ਬਾਅਦ ਚ ਲੈ ਜਾਂਗੇ ਤੇ ਪੈਸੇ। ਇੱਥੇ ਉਦੋਂ ਆਏ ਸੀ ਦੂਜੇ ਮਨੁੱਖ ਸੇਵਾ ਵਾਲੇ ਭਾਜੀ, ਇੱਥੇ ਆਏ ਸੀ ਇਹਨਾਂ ਨੇ 50 ਤੇ ਬੰਦੇ, ਅੱਛਾ ਅੱਛਾ, ਇਹ ਬੰਦੇ ਲੈ ਕੇ ਉਦੋਂ ਦੋ ਸੀਗੇ ਉਧਰ ਜਾ ਕੇ ਲੋਕ ਗਏ ਲੈ ਕੇ, ਉਹ ਬੜਾ ਸੀ ਭਾਜੀ ਲੱਭੇ ਬੰਦੇ ਉਦੋਂ। ਗੁਰਪ੍ਰੀਤ ਵੀਰ ਜੀ ਹੁਣੀ ਮਨੁੱਖਤਾ ਸੇਵਾ ਵਾਲੇ ਐਸ ਡੇਰੇ ਦੇ ਵਿੱਚ ਆਏ ਸੀਗੇ ਤੇ ਪਰ ਦੋ ਬੰਦੇ ਇਹਨਾਂ ਨੇ ਇੱਥੋਂ ਭਜਾ ਦਿੱਤੇ ਸੀ, ਲਗਾ ਦਿੱਤੇ ਸੀ, ਅੱਜ ਵੀ ਇੱਕ ਬੰਦਾ ਸਾਨੂੰ ਸ਼ੱਕ ਵਾ ਕੇ ਇੱਥੋਂ ਲਗਾ ਦਿੱਤਾ ਇਹਨਾਂ ਨੇ। ਗੋਏ ਨਾ ਲਿਬੜੀ ਪਈ ਆ, ਇੱਕ ਆ ਨਵੀਂ ਧੋਤੀ ਪਾ ਰੱਖੀ ਜਿੰਨਾ ਆ, ਵੇਖ ਆ ਗੋਰੇ ਗੋਰੇ ਆ ਹਾਲਾਤ ਵਿਖਾ ਵੀ ਜੀ, ਆ ਇਹਦੇ ਕੰਬਲ ਜੇ, ਆ ਇਹਦੇ ਕੱਪੜੇ ਜੇ, ਇਧਰ ਦੇਖੋ ਆ ਦੇਖਿਓ ਸਾਰਾ, ਹੱਥ ਲਾਉਣ ਨੂੰ ਜੀ ਨੀ ਕਰਨ ਲਿਆ, ਆ ਜੈਕਟ ਜੀ ਥੱਲੇ ਪਰਾਲੀ ਵਿਛਾ ਕੇ ਵੀ ਜੀ, ਥੱਲੇ ਉਹ ਦਿਖਾਉਂਦਾ ਥੱਲੇ ਪਰਾਲੀ ਵਿਛਾ ਕੇ ਤੇ ਉੱਪਰ ਦਿੱਤਾ, ਜਾਨਵਰਾਂ ਨੂੰ ਵੀ ਨਹੀਂ ਆਪਾਂ ਇਦਾਂ ਪਾਈਦਾ ਭਾਜੀ, ਨਹੀਂ ਅੱਗੇ ਤੋਂ ਡਰ ਵੀ ਰਹੂਗਾ ਉਹਨਾਂ ਨੂੰ ਕਿ ਅਸੀਂ ਇੱਦਾਂ ਦੇ ਬੰਦੇ ਨਹੀਂ ਉਹ ਕਰ ਸਕਦੇ, ਡਰ ਵੀ ਹੋਣਾ ਚਾਹੀਦਾ। ਮੈਨੂੰ ਦੱਸਦਾ ਜਿੱਦਾਂ ਲਾਈਵ ਉਹਨਾਂ ਦਾ ਕੰਮ ਚੱਲਣ ਡਿਆ, ਇਹ ਗੱਲ ਕਿਸੇ ਅਫਸਰ ਦੇ ਮੁੰਡੇ ਚੰਗਾ ਭਾਜੀ, ਮੈਂ ਨਾ ਤੁਹਾਨੂੰ ਪੁੱਛਿਆ, ਮੈਨੂੰ ਕਿਹਾ ਤੂੰ ਛੱਡ 17x5 ਕਰ ਦੇ, ਇੱਕ ਗੱਲ ਹੈਗੀ ਉਹ ਭਾਜੀ ਨੇ ਜੋ ਗੱਲ ਦੱਸਤੀ ਆ, ਉਹਦਾ ਕੋਈ ਘਰ ਬਾਰ ਵਾਲਾ ਆ ਗਿਆ ਉਹਨੂੰ, ਉਹ ਬੰਦਾ ਦੇ ਕੇ ਨਾਲ ਪੈਸੇ, ਉਹਦੇ ਤੱਕ ਉਹਨਾਂ ਨੇ ਦੇਖੋ ਉਹਨੂੰ ਜਾ ਕੇ ਉੱਥੇ ਕੱਪੜੇ ਸਭ ਕੁਝ ਉਹਨਾਂ ਨੇ ਕਰਨਾ ਉੱਥੇ, ਠੀਕ ਹੈ ਨਹੀਂ ਪਰ ਗਾਂ ਤੋਂ ਨਾ ਕੰਮ ਕਰੋ, ਮੈਂ ਤੁਹਾਨੂੰ ਦੱਸ ਦਿੱਤਾ ਇੱਥੇ ਹੀ ਆ ਲੈਣ ਦੇਣ ਨਹੀਂ ਤੇ ਹੈਨਾ, ਤੁਸੀਂ ਕਰਦੇ ਹੋ ਕਲੰਕ ਲੱਗਣਾ ਬਹੁਤ ਗੁਰਤ।
ਸਿੱਧੀ ਗੱਲ ਕਿਹੜਾ ਭੋਗਪੁਰ ਸ਼ਹਿਰ ਪਿੰਡ ਨੂੰ ਰਾਜੇ ਇੱਕ ਕੰਮ ਹੋ ਰਿਹਾ ਕੋਈ ਗੱਲ ਨਹੀਂ, ਜਿੱਥੇ ਹੋਰ ਵੀ ਇਹਨਾਂ ਦੇ ਨਾ ਦੇਖੋ ਜਿੱਥੇ ਕੋਈ ਹੋਰ ਵੀ ਬੰਦੇ ਇਦਾਂ ਦੇ ਹੈਗੇ ਕਰੋ ਆਪਾਂ ਨਾਲ ਸਾਥ ਦੇਵਾਂਗੇ, ਦੇਖੋ ਤੁਸੀਂ ਆਪਾਂ ਸਾਥ ਦੇਵਾਂਗੇ, ਕਈ ਚਲੋ ਸਾਡੇ ਕੋਲ ਨਹੀਂ ਟਾਈਮ ਹੁੰਦਾ ਤੁਸੀਂ ਘੁੰਮਦੇ ਫਿਰਦੇ ਆ, ਕਿਤੇ ਹੋਰ ਵੀ ਡੇਰਿਆਂ ਦੇ ਆਪਣੇ ਹੈਗੇ ਆਪਾਂ ਇੱਕ ਹੀ ਕਵਾਂਗੇ ਸਾਰਿਆਂ ਨੂੰ, ਤੁਹਾਡੇ ਜਿੰਨੇ ਵੀ ਰਿਸ਼ਤੇਦਾਰ ਆ ਉਹ ਸਾਰਿਆਂ ਨੂੰ ਕਹਿ ਦੋ ਆਹ ਕੰਮ ਛੱਡਣਾ ਨਹੀਂ ਇਹਨਾਂ ਦੇ ਕੰਮ ਆ, ਮੇਰੇ ਪਿਓ ਆਸਮਾਨ ਵੀਰ ਜੀ ਹੋਣੀ ਖਲੋਤੇ ਆ, ਇੱਕ ਵਾਰੀ ਤੁਸੀਂ ਸਾਰਿਆਂ ਨੂੰ ਹੋਕਾ ਦੇ ਦਿਓ, ਅਸੀਂ ਕਿਸੇ ਨੂੰ ਕੁਝ ਨਹੀਂ ਕਵਾਂਗੇ, ਪਿਆਰ ਨਾਲ ਦੱਸ ਕੇ ਵੀ ਬੰਦਾ ਜਿੱਦਾਂ ਕੋਲ ਹੈਗਾ ਸਹੀ ਜਿਹੜਾ ਰਹਿਣਾ ਚਾਹੁੰਦਾ ਉਹ ਮਿਹਨਤ ਕਰਦਾ, ਜਨਵਰੀ ਮਹੀਨੇ ਦਾ ਪੂਰੇ ਦਾ ਟਾਈਮ ਦੇ ਦਿੰਦੇ ਆ, ਬਿਲਕੁਲ ਠੀਕ ਹੈ ਜੀ, ਸਰਪੰਚ ਨੇ ਕੋਈ ਛੱਡ ਦਿਓ, ਕਿਸੇ ਬੰਦੇ ਨੇ ਕੋਈ ਬੰਦਾ ਰੱਖਿਆ ਵਾ ਵੀਰ ਜੀ ਹੁਣਾਂ ਨੂੰ ਸਲਾਹ ਦੇ ਦਿਓ, ਅਸੀਂ ਪਿਆਰ ਨਾਲ ਸਰਪੰਚ ਦੇ ਘਰ ਛੱਡ ਦਿਓ, ਇੱਕ ਰੁਪਈਆ ਨਹੀਂ ਉਹਨਾਂ ਨੂੰ ਕਵਾਂਗੇ, ਕੋਈ ਉਹਨਾਂ ਨਾਲ ਲੜਾਈ ਝਗੜਾ ਨਹੀਂ ਕਰਾਂਗੇ, ਅਸੀਂ ਚੁੱਪ ਕਰਕੇ ਲੈ ਜਾਵਾਂਗੇ ਬੰਦੇ ਨੂੰ ਲੈ ਜਾਵਾਂਗੇ, ਠੀਕ ਹੈ ਜੀ, ਪਰ ਜੇਕਰ ਉਹਨਾਂ ਨੇ ਪਿਆਰ ਨਾਲ ਨਹੀਂ ਮੰਨਿਆ ਆਪਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਜੀ, ਠੀਕ ਹੈ ਜੀ, ਫਿਰ ਅਸੀਂ ਉਹਦਾ ਭਾਜੀ ਕੋਈ ਮੰਨੇ ਨਾ ਮੰਨੇ ਅਸੀਂ ਇਸ ਗੱਲ ਦੇ ਤੱਤ ਕੱਢੇ ਆ ਭਾਜੀ, ਤੁਸੀਂ ਮੇਰੇ ਨਾਲ ਇਹ ਚ ਵੱਡੇ ਆ, ਬਿਲਕੁਲ ਮੈਂ ਤੇ ਇਸ ਚੀਜ਼ ਦਾ ਤੱਤ ਕੱਢਿਆ, ਆਪਾਂ ਇੱਥੇ ਇਨਸਾਨੀਅਤ ਜਿਹੜੀ ਗਲਤ ਹੋਈ ਜਾਣਾ ਉਹਨੂੰ ਇੱਥੇ ਭੁਗਤਣਾ ਪੈਂਦਾ, ਭਾਈ ਜੀ ਬੱਚਿਆਂ ਜਿਹੜੇ ਚਲੋ ਛੱਡੋ ਬਾਬਾ ਮੈਂ ਕਿਸੇ ਨਾਲ ਗੱਲਾਂ ਦਾ ਮੰਨੇ ਭਾਜੀ ਕੁੱਕੜੇ ਨਹੀਂ ਹੋਰ ਕੰਮ ਨਹੀਂ ਬੜੇਗੇ, ਹਾਂਜੀ ਬਿਲਕੁਲ, ਹੁਣ ਇੰਨਾ ਨਾ ਕਰੋ, ਮੈਂ ਦੇ ਲਓ ਉਹਨਾਂ ਨੂੰ ਪੁੱਛੋ ਤੋਂ ਬਗੈਰ ਕੀਤਾ, ਅਗਲੇ ਨਹੀਂ ਤਾਂ ਮੈਨੂੰ ਕਹਿ ਸਕਦੇ ਆ ਕਿ ਪਾ ਤੂੰ ਮਗਰੋਂ ਆਇਆ ਇਦਾਂ, ਮੈਂ ਹੁਣ ਤੇਰਾ ਵੀ ਰੱਖ ਲਿਆ ਲੈ ਕੇ ਜਾਵਾਂਗੇ, ਚਲੋ ਠੀਕ ਹੈ, ਅਸੀਂ ਤੁਹਾਡੇ ਤੇ ਮੋਹਰੇ ਹੱਥ ਹੀ ਜੋੜ ਲਈ, ਇਹਦਾ ਵੀ ਬੱਚਾ ਬਿਮਾਰ ਹੋ ਗਿਆ ਹਸਪੀਟਲ ਤੋਂ, ਅਜੇ ਰੋੜੇ ਡਾਟ ਤੋਂ ਹੁਣੇ ਪੈਸੇ ਭਰ ਗਿਆ ਜੇ ਫੇਲ ਜਾਣਾ, ਤੁਸੀਂ ਮੱਝਾਂ ਨੂੰ ਚੋਕੇ ਤੜਕੀ ਉੱਠ ਕੇ ਦੁੱਧ ਚੋਕੇ ਤੁਸੀਂ ਜਲੰਧਰ ਵੇਚਣ ਗਏ ਜੇ, ਜੇ ਉੱਥੇ ਤੁਹਾਨੂੰ ਹੱਕ ਨਾ ਮਿਲਿਆ ਤੁਹਾਨੂੰ ਕਿੱਦਾਂ ਦਾ ਬਾਬਾ ਜੀ, ਸਹੀ ਤੁਸੀਂ ਸਹੀ ਬੋਲਣ ਡੇ, ਅਸੀਂ ਤੁਹਾਡੇ ਤੋਂ ਅਸੀਂ ਹੁਣ ਕਿੰਨਾ ਆਪਾਂ ਲਿਫ ਗਏ ਆ, ਸਿੰਘ ਸਾਹਿਬ ਜੀ ਨੇ ਕਿਹਾ ਬੜੀ ਉਹਨਾਂ ਨੇ ਕਿਹਾ 5000 ਰੁਪਇਆ ਇਹਦੇ ਵਿੱਚ ਮੈਂ ਉਹਦਾ ਨੀ ਭਲਾ ਕਰ ਰਿਹਾ, ਇੱਧਰ ਸੁਣਦਾ ਇੱਕ ਗੱਲ ਹੋਰ ਸੋਚ ਲਈ, ਤੂੰ ਪਤਾ ਨੀ ਕੀ ਸੋਚਣਾ, ਮੈਂ ਉਹਦਾ ਨੀ ਭਲਾ ਕਰ ਰਿਹਾ, ਉਹਦਾ ਨੁਕਸਾਨ ਹੀ ਕਰਦੇ ਆ, ਤੇਰਾ ਫਾਇਦਾ ਕਰ ਰਿਹਾ, ਤੇਰਾ 50000 ਬਾਈ ਦਾ ਤੁਸੀਂ ਕਿਸੇ ਨੂੰ 50000 ਰੁਪਇਆ ਤੇਰਾ ਸਿੱਧਾ ਬਾਈ ਦਾ, ਤੁਹਾਨੂੰ ਮੈਂ ਪੁੱਛਿਆ ਕਿ 5000 ਰੁਪਇਆ ਮਹੀਨੇ ਦੇ ਬੰਦਾ ਮਿਲ ਜੂਗਾ ਤੁਹਾਨੂੰ ਇੰਨੇ, ਬਾਬਾ ਜੀ ਜੇ ਤੁਸੀਂ ਇਹ ਗੱਲ ਕਰਦੇ ਹੋ ਯਾਰ ਬੰਦਾ ਮਿਲਦਾ ਮੰਨੇ ਭਾਜੀ ਨੇ 50000 ਰੁਪਇਆ ਕਢਾਤਾ, ਬਾਬਾ ਜੀ ਰੋਟੀ ਘਰ ਬਣੀ ਪਈ ਆ, ਸਾਨੂੰ ਜਲਦੀ ਜਲਦੀ ਫ੍ਰੀ ਕਰ ਦਿਓ, ਰੋਟੀ ਬਣਾ ਦਿੰਦੇ ਬਣੀ ਪਈ ਹੈ, ਬਣੀ ਪਈ ਹੈ ਲੰਗਰ, ਉਹਦੇ ਵਿਚਾਰ ਦੇ ਪੈਸੇ ਚਲੋ ਬਣਾ ਕੇ ਨਾ, ਕੋਈ ਗੱਲ ਨਹੀਂ ਜਿੱਦਾਂ ਲੱਗਦਾ ਟਾਈਮ ਦਾ ਕੱਢ ਲਿਆ ਕਰੋ, ਇਹਨਾਂ ਦੇ ਡੇਰਿਆਂ ਤੇ ਜਾ ਕੇ ਨਾ ਸਾਰਿਆਂ ਨੇ ਇੱਕ ਵਾਰੀ ਮਿਲੋ, ਜਿਹੜਾ ਇਹਨਾਂ ਦਾ 1.5 ਸਾਲ ਤੋਂ ਕੰਮ ਕਰਦਾ ਜਿਹਦੀ ਖਾਤਰ ਆਪਾਂ ਗੱਲ ਕਰਦੇ ਪਏ ਆ, ਰੋਟੀ ਤਾਂ ਉਹਨੇ ਨਹੀਂ ਖਾਧੀ ਵਿਚਾਰੇ ਸਾਰਾ ਰਾਤ ਦਾ ਪੁੱਛੋ, ਓਏ ਹੋਏ ਉਹਨੂੰ ਰੋਟੀ ਰੋਟੀ ਨਹੀਂ ਚੱਲਿਆ ਜੀ, ਮੈਂ ਤਾਂ ਅੱਛਾ ਜੀ ਇਹਨੇ ਪੈਸੇ ਦੇ ਦਿੱਤੇ ਅੱਜ ਸਾਡੇ ਮਾੜਾ ਇੱਥੇ ਦਾਗ ਆ ਪੈ ਜੀ, ਮੈਨੂੰ ਉਹਨੂੰ ਕਹੀਦਾ ਜੈਕਟ ਧੋ ਲਈਏ, ਉਹ ਦੇਖੋ ਕਿਦਾਂ ਦੀਆਂ ਜੈਕਟਾਂ ਕੀ ਗੱਲ ਆ, ਗਲਤ ਗੱਲ ਆ ਭਾ
ਪਚਾਸੀ ਬਣਦਾ ਬਹੁਤ ਘੱਟ ਗਿਆ ਮਿਹਨਤ ਮੰਨੇ ਬਾਜੀ ਨਾਲੇ 17 ਮਹੀਨੇ ਲਾਇਆ ਪਰ 18 ਦੇ ਨੀ ਲਾਏ ਜਦੋਂ ਬੰਦਾ ਬਿਮਾਰ ਹੁੰਦਾ ਨਾ ਹਸਪਤਾਲ ਹੁੰਦਾ ਵਾ ਉਦੋਂ ਰੱਬ ਨੂੰ ਚੇਤਾ ਹੁੰਦਾ ਵਾ ਜਦੋਂ ਬਹੁਤ ਲੱਗਦਾ ਚਿੰਤਾ ਨੀ ਕਰਨੀ ਸਾਡਾ ਚੁੱਕਾ ਵੀ ਆ ਗਿਆ ਦੇਖੋ ਸੁੱਕਾ ਦੇਖੋ ਤੁਹਾਡੇ ਸੇਵਾ ਚ ਸੁੱਕਾ ਵੀ ਆ ਗਿਆ ਸਾਡਾ ਬੱਚੇ ਸਾਰੇ ਤੁਹਾਨੂੰ ਦੱਸਿਆ ਨੀ ਮੁੰਡਿਆਂ ਨੂੰ ਕਿਹਾ ਸੀ ਸਾਰਿਆਂ ਨੂੰ ਇਨਸਾਨੀਅਤ ਇਨਸਾਨੀਅਤ ਹੀ ਆ ਨਾ ਇਨਸਾਨੀਅਤ ਇਨਸਾਨੀਅਤ ਮਰੀ ਕਰਕੇ ਜੇ ਸਾਰਿਆਂ ਦੀ ਮਰ ਗਈ ਤਾਂ ਫਿਰ ਸਾਡੀ ਇਨਸਾਨੀਅਤ ਥੋੜਾ ਮਰੀ ਆ ਅਸੀਂ ਆਪਾਂ ਉਸ ਵੇਲੇ ਪੁਲਿਸ ਸੱਦ ਲੈਣੀ ਸੀ ਤੇ ਵੀ ਆਓ ਜੀ ਆ ਕੀ ਡਰਾਇਆ ਹੋਊਗਾ ਨਹੀਂ ਮੈਨੂੰ ਪਤਾ ਭਾਈ ਪਹਿਲਾਂ ਤਾਂ ਦੋ ਚਾਰ ਮਹੀਨੇ ਬੰਦਾ ਦੇ ਪੈਸੇ ਲੈ ਜਾ ਮੈਂ ਕਿਹਾ
ਪਰ ਜਿਹੜੀ ਇਨਸਾਨੀਅਤ ਉਹ ਇਨਸਾਨੀਅਤ ਹਰ ਕਿਸੇ ਬੰਦੇ ਚ ਹੋਣੀ ਚਾਹੀਦੀ ਆ ਤਾਂ ਹੀ ਆ ਇਨਸਾਨੀਅਤ ਜੇ ਸਾਰਿਆਂ ਚ ਮਰ ਗਈ ਫਿਰ ਤੇ ਗਿਆ ਬਾਕੀ ਵਾਲਾ ਛੱਡੋ ਬੰਦਾ ਕਹੀ ਜਾਂਦਾ ਉਹ ਉਹ ਭਾਈ ਬਾਕੀ ਬਾਅਦ ਚ ਕੰਮ ਕਰੀ ਪਹਿਲਾਂ ਨਾ ਆਉਂ ਜਦੋਂ ਬੰਦਾ ਬਿਮਾਰ ਹੋ ਕੇ ਉੱਠ ਕੇ ਨਾ ਆਵੇ ਠੀਕ ਹੋਏ ਹਾਲਾਤ ਰਾਜੇ ਦੱਸੋ ਸਾਰੀ ਦਿਹਾੜੀ ਸਰੀਰ ਟੁੱਟਣਾ ਸਾਰੀ ਦਿਹਾੜੀ ਸਰੀਰ ਟੁੱਟਣਾ ਚਲੋ ਯਹੀ ਪ੍ਰਚਾਰ ਕਰਦੇ ਗਾ ਦੇਣੇ ਕੇ ਬਾਅਦ ਬਾਕੀ ਜਿਹੜੇ ਇਹਦੇ ਭਾਈਚਾਰਾ ਨਾਲੇ ਲੱਗਦੇ ਹੁੰਦੇ ਤੇ ਬਾਬਾ ਜੀ ਨੂੰ ਫੜ ਲੈਣੇ ਬਾਬਾ ਜੀ ਚਲੋ ਉਧਰ ਚੱਲੋ ਮੱਛੀ ਫੜ ਲੈ ਇਦਾਂ ਇਦਾਂ ਗੱਡੀ ਕੱਢ ਕੇ ਨਾ ਭਾਜੀ ਨੇ ਇਹਨਾਂ ਨੂੰ ਨਾਲ ਕਰਨਾ ਵੀ ਤੁਹਾਡੇ ਕੋਈ ਬੰਦਾ ਹੈਗਾ ਅਚਾਨਕ ਛੱਡਣਾ ਬਾਬਾ ਨੂੰ ਯਾਰ ਨਾ ਕੱਢ ਲਿਓ ਜੇ ਮਤਲਬ ਗਾਂ ਤੋਂ ਕੋਈ ਇਦਾਂ ਦੀ ਗੱਲ ਲੱਭ ਗਈ ਤਾਂ ਤੁਹਾਡੇ ਦੁੱਧ ਕਰਾਵਾਂਗੇ ਨਹੀਂ ਆਪਾਂ ਕਹਿੰਦਾ ਬਹੁਤ ਵਧੀਆ ਗੱਲ ਬੰਦੇ ਨੂੰ ਪੁੱਛਣਾ ਬਸ ਵੀ ਤੂੰ ਇੱਥੇ ਮਤਲਬ ਕਿੱਦਾਂ ਰਹਿਣਾ ਜ਼ਬਰਦਸਤੀ ਰਹਿਣਾ ਕਿ ਆਪਣੀ ਮਰਜ਼ੀ ਹਾਂ ਚਾਹੀਦਾ ਚਲੋ ਸਿੱਧੇ ਚਲੋ ਕੋਈ ਨਹੀਂ ਕੋਈ ਆਏਗਾ ਤੁਹਾਡੀ ਕਮਾਲ ਕਰ ਦੋ ਤੁਸੀਂ ਯਾਰ ਬਾਬਾ ਜੀ ਸਿੱਧੇ ਹੋ ਤੁਹਾਨੂੰ ਸਵੇਰ ਦੇ ਜੀ ਜੀ ਭਾਈ ਜੀ ਭਾਈ ਜੀ ਕਰਦੇ ਤੁਸੀਂ ਦੱਸ ਚੱਜ ਭੁੱਲਣ ਲੱਗੇ ਯਾਰ ਅਸੀਂ ਵੀ ਠੀਕ ਹਾਂ ਫਿਰ ਤੁਸੀਂ ਗੱਲ ਕਲੀਅਰ ਕਰੋ ਅਸੀਂ ਕਲੀਅਰ ਤਾਂ ਹੋ ਬਾਬਾ ਜੀ ਆਏ ਫਲਾਣੇ ਖੇਡਾਂ ਨਾ ਕਰੋ ਯਾਰ ਸਾਡੇ ਨਾਲ ਖੇਡਾਂ ਕਰਨੇ ਅਸੀਂ ਠਣ ਜਾਈਏ ਹੁਣ ਨਹੀਂ ਫਿਰ ਅਸੀਂ ਤਾਂ ਮੈਂ ਕਿੰਨੇ ਵੇਲੇ ਠਣ ਜਾਈਏ ਹੁਣ ਅਸੀਂ ਤਾਂ ਵੀਰੇ ਮਨ ਚ ਮੈਨੂੰ ਤੁਹਾਡੀ ਕਾਂਡ ਹੈ ਗੱਲ ਕਰਨ ਦਾ ਦਿਓ ਯਾਰ ਕੋਈ ਯਾਰ ਨੂੰ ਗੇੜ ਤਾਂ ਦਿਓ ਯਾਰ ਅਸੀਂ ਮਿਹਨਤ ਕਰਦੇ ਕਹਿਤਾ ਅਗਲੇ ਦਾ ਬੱਚਾ ਵੀ ਬਿਮਾਰ ਹੈ ਸਾਡੇ ਭਾਜੀ ਬੱਚਾ ਬਿਮਾਰ ਦੀ ਗੱਲ ਹੈ ਮਿਹਨਤ ਤਾਂ ਦਿਓ ਯਾਰ ਜੋ ਮੈਂ ਬੱਚਾ ਬਿਮਾਰ ਹੈ ਮਿਹਨਤ ਤਾਂ ਦਿਓ ਯਾਰ ਬੇਟੇ ਅਸੀਂ ਉਹਦੀ ਮਿਹਨਤ ਨਹੀਂ ਕਰਨੀ ਮੈਂ ਤੁਹਾਡੀ ਮੈਂ ਕਹਿੰਦਾ ਅਸੀਂ ਜੇ ਤੁਸੀਂ ਅਸੀਂ ਕਹਿੰਦਾ ਗੱਲ ਸੁਣੋ ਜੇ ਤੁਸੀਂ ਬੱਚੇ ਦੀ ਗੱਲ ਕੀਤੀ ਭਾਜੀ ਮੈਨੂੰ 50000 ਰੁਪਏ ਦੀ ਭਾਜੀ 50000 ਰੁਪਏ ਦਾ ਉਹ ਬਚਾਰਾ ਠੰਡ 'ਚ ਮਰਿਆ ਔਰ ਸਭ ਮੈਂ ਸਾਰਾ ਨੂੰ ਕੀਤਾ ਨਾ ਠੰਡੇ ਸੌਂਦਾ ਮੈਂ ਹੁਣ ਤੁਸੀਂ ਜਾਇ ਨਹੀਂ ਕਰ ਰਹੇ ਮੈਂ ਉਹਨਾਂ ਨੂੰ ਪੁੱਛੇ ਤੋਂ ਬਿਨਾ ਹੀ ਕਹਿਤਾ ਵੀ ਚੱਲ ਇੰਨੇ ਕਿ ਦੇ ਦੇ ਕੰਮ ਨਿਬੇੜੀਏ ਆਪਾਂ ਪਾ 1,26,000 ਬੰਦਾ ਇਹ ਕਹਿੰਦਾ ਵੀ ਆਪ ਸਹੀ ਸਹੀ ਕਰਾ ਦੋ ਉਹਨਾਂ ਨੇ ਬਣਾਇਆ ਸੀ 7,000 ਦੇ ਹਿਸਾਬ ਨਾਲ ਤੇ ਮੈਂ ਇਹਨੂੰ ਕਹਿਤਾ ਮੈਂ ਚੱਲ ਮੈਂ ਉਹਨਾਂ ਨੂੰ ਨੀ ਪੁੱਛਦਾ ਤੂੰ 5,000 ਦੇ ਹਿਸਾਬ ਨਾਲ ਸਾਹਿਬ ਘਰ ਪਾਸੇ ਕਰ ਸ਼ਰਾਬ ਨਹੀਂ ਮੈਂ ਨਹੀਂ ਮੈਂ ਤਾਂ ਦਾਰੂ ਪੀਤੀ ਤੁਸੀਂ ਉਦਾਂ ਹੀ ਰੋਟੀ
ਜਦੋਂ 30 ਕੋ ਦੁਬਾਰਾ ਪੈਸੇ ਆ ਗਏ ਸਾਰੇ 85 ਉਦੋਂ ਲੈ ਲਓ ਟਰੈਕਟਰ ਸਭ ਤੋਂ ਫੜਾਓ ਐਂ ਕਰ ਲਓ ਕੁਛ ਤਾਂ ਮੰਨੋ ਤੁਸੀਂ ਕਿਸੇ ਪਾਸੇ ਆ ਜਾਓ ਸਾਡੀ ਗੱਲ ਕੀਤੀ ਨਾਲ ਜਨਮ ਕੀਤਾ ਯਾਰ ਬੰਦੇ ਨਾਲ ਬਾਬਾ ਜੀ ਜੇ ਜ਼ੁਲਮ ਦਾ ਬੱਚਾ ਬਿਮਾਰ ਚਲੋ ਪਤਾ ਲੁੱਟਾਂ ਕਿਸੇ ਬੱਚਾ ਬਿਮਾਰ ਸਾਰੇ ਥਾਣੇ ਚਲੀ ਇਹਨਾਂ ਦੇ ਬੱਚਾ ਰਾਜੂ ਭਾਈ ਜਾ ਸਮਝਾ ਫਿਰ ਆਪਾਂ ਸਾਰੇ ਜਾਣੇ ਜਾਈਏ ਇਹਨਾਂ ਦੇ ਬੱਚਾ ਹੈਲੋ ਗੋਰੇ ਵਾਲੇ ਕੀ ਮਾਈਕ ਲਾਇਆ ਹੈਲੋ ਹਾਂ ਅਰੇ ਦਿੱਤੇ ਹੀ ਆਪ ਗਾੜੀ ਮੈਂ ਬੈਠੀ ਠੰਡ ਲੱਗ ਰਹਾ ਹੈ ਆਪ ਕੋ ਗਾੜੀ ਗਾੜੀ ਮੈਂ ਬਿਠਾਈ ਹੈ ਬੈਠ ਜਾ ਹੀਟ ਕਰ ਦੇ ਅਬੀਰੇ ਜਾ ਸੁਖਾ ਜੀ ਗਾੜੀ ਮੈਂ ਬਿਠਾਈ ਹੈ ਟੈਨਸ਼ਨ ਨਾ ਲੈ ਯਾਰ ਬੈਠੀ ਗਾੜੀ ਮੈਂ ਹੀਟ ਨਾ ਚਲਾਓ ਕਈ ਦੇ ਸਭ ਕੁਝ ਤੇਰੀ ਹੈ ਗੱਡੀ ਬੈਠ ਆਪੇ ਮੈਂ ਗਾੜੀ ਮੈਂ ਬੈਠ ਹੈਲੋ ਭਰਾਵਾ ਕੋਈ ਗੱਲ ਨਹੀਂ ਅੰਦਰ ਗੱਲ ਕਰ ਉਹਦੀ ਬੇਇੱਜ਼ਤੀ ਕੀਤੀ ਪੂਰੀ ਟਿਕਾ ਕੇ ਹਾਂ ਸੁਖਾ ਜੀ ਮੈਨੂੰ ਹੁੰਦੇ ਛੁੱਟੀ ਕੋਈ ਨਹੀਂ ਜੇ ਨਹੀਂ ਮੰਨਦਾ ਕਹਾਂਗੇ ਸੁੱਖਾ ਜੀ ਇਹ ਦੇਖੋ ਰਾਜੂ ਕੋ ਛੋੜ ਕੇ ਆ ਗਿਆ ਸੀ
ਗਰੀਬ ਬੰਦਾ ਵਾ ਉਹ ਵੀ ਵਿਚਾਰਾ ਗਰੀਬ ਬੰਦਾ ਸੁਣ ਲਓ ਮੈਂ ਡੇਢ ਲੱਖ ਰੁਪਇਆ ਰੋਡ ਦੇ ਹਸਪੀਟਲ ਦੇ ਦਿੱਤੇ ਅਸੀਂ ਉਹ ਕਹਿੰਦੇ ਆ ਬਾਬਾ ਚਾਹੇ ਤੇਰਾ ਬੱਚਾ ਹੀ ਅਸੀਂ ਕਹਿੰਦੇ ਬੱਚਾ ਹੀ ਜਿਹੜਾ ਤੇਰਾ ਠੀਕ ਹੋ ਜਾਏ ਬੱਚਾ ਹੀ ਠੀਕ ਹੋ ਜਾਏ ਮੈਂ ਤੇ ਉਹ ਹੀ ਇਸੇ ਕਰਕੇ ਕੀਤੀ ਦੇ ਲਓ ਮੈਂ ਤੇ ਉਹਨਾਂ ਨੂੰ ਪੁੱਛਿਆ ਨਹੀਂ ਕਰ ਲਓ ਮੈਂ ਤਾਂ ਹੀ ਕਿਹਾ ਕੋਈ ਗੱਲ ਬਾਬਾ ਜੀ ਦੇ ਲਿਓ ਮੈਂ ਹੁੰਦੀ ਜੇ ਨਹੀਂ ਤਾਂ ਮੈਂ ਗਰੀਬ ਆ ਮੈਂ ਤੇ ਨਾਲ ਚੱਲ ਨੂੰ ਫੇਰ ਸਾਨੂੰ ਮੈਨੂੰ ਕਹਿਣਾ ਪਤਾ ਨਹੀਂ ਕਿਉਂ ਤੁਸੀਂ ਹੈ ਕੀਤੀ ਯਾਰ ਅਸੀਂ ਇਹ ਮਜ਼ਾਕ ਕਰ ਰਹੇ ਹਾਂ ਬੱਚੇ ਤੋਂ ਪੈਸੇ ਲੱਗੇ ਠੀਕ ਹੈ ਬਾਬਾ ਜੀ ਨਹੀਂ ਯਾਰ ਅਸੀਂ ਭਾਈ ਜੋ ਵੀ ਜੀ ਉਹਨਾਂ ਨੇ ਕਿਹਾ 85000 ਰੁਪਇਆ ਕਿਹਾ ਵਾ ਤੇ 1 ਰੁਪਇਆ ਨਹੀਂ ਕੱਢਣਾ ਨਹੀਂ ਤੇ ਮੈਂ ਜੇ ਤੁਸੀਂ 84 ਵੀ ਕਹੋਗੇ ਮੈਂ ਤਾਂ ਵੀ ਨਹੀਂ ਮੰਨਣਾ ਮੈਂ ਜਾ ਕੇ ਪਰਚਾ ਕਰਾਉਣ ਲੱਗਾ ਜੀ ਰੁਪਇਆ ਅਸੀਂ 1 ਨਹੀਂ ਲੈਂਦੇ ਦਿੱਤੋ ਨਹੀਂ ਫਿਰ ਉਹ ਇਦਾਂ ਦਾ ਦੇਖੋ ਬਾਬਾ ਜੀ ਨਹੀਂ ਯਾਰ ਸਾਨੂੰ ਨਹੀਂ ਮੰਨੂ ਇਦਾਂ ਇਦਾਂ ਹੋਣੀ ਸਾਨੂੰ ਨਹੀਂ ਮੰਨੂ ਚਲੋ ਚਲੋ ਜੀ 10,000 ਕੋਈ ਨਹੀਂ ਅੱਧੇ ਪੈਸੇ ਹੋਣ ਚਾਹੀਦੇ ਆ 40,000 ਰੁਪਇਆ ਸੰਗਤ ਕਹਿੰਦੀ ਹੈ ਸੰਗਤ ਜੀ ਅਸੀਂ ਪੈਸਾ ਪੈਸਾ ਇਸ ਕਰਕੇ ਕਹਿਣ ਡਿਆ ਕਿ ਇਹ ਤੇ ਹੁਣ ਇਹਨੂੰ ਇਨਸਾਫ ਵੀ ਨਹੀਂ ਦੇਣ ਡਿਆ ਯਾਰ ਨਹੀਂ ਸਹੀ ਗੱਲ ਅਸੀਂ ਪੈਸੇ ਨੂੰ ਦੂਜਾ ਉਹਦਾ ਮਿਹਨਤਾਨੀ ਉਹਨੂੰ ਦਵਾਉਣੇ ਤੇ ਯਾਰ ਹੈਗਾ ਨਾ ਭਾਜੀ 40,000 ਰੁਪਇਆ ਅੱਧਾ ਪੈਸੇ ਹੋਣ ਲੈਣੇ ਜਿੱਥੋਂ ਮਰਜ਼ੀ ਤੋਂ ਮੱਝਾਂ ਦੇ ਦੋ ਮੈਨੂੰ ਪੈਸੇ ਕਿਹੜਾ ਦੋ ਮੱਝਾਂ ਹੈਗਾ ਨਾ ਇਹ ਦੇ ਦੋ ਮੈਨੂੰ ਆਹੋ ਇੱਦਾਂ ਕਰ ਲਓ ਉਦੋਂ ਤੁਹਾਨੂੰ ਇਹਨਾਂ ਦੇ ਡੇਰੇ ਜਾ ਕੇ ਲੈ ਆਇਓ ਇਹਨਾਂ ਦੇ ਡੇਰੇ ਜਾ ਕੇ ਲੈ ਆਇਓ ਉਦੋਂ ਤੁਸੀਂ ਵੇਖਣਾ ਸੀ ਨਾ ਮੱਝਾਂ ਦੇ ਆਪਣਾ ਡਰੈਸ ਦੇ ਦੋ ਮੈਂ ਤੇ ਪਾ ਕੇ ਮੇਰੀ ਗੱਲ ਸੁਣੋ ਫਿਰ ਇੱਦਾਂ ਨਹੀਂ ਇੱਕ ਮਿੰਟ ਆ ਗਿਆ ਇਹਨਾਂ ਦਾ ਲੈ ਕੇ ਇੱਕ ਤੇ ਜ਼ੁਲਮ ਕੀਤਾ ਇਹਨਾਂ ਦਾ ਡੰਗੇ ਇਹਨਾਂ ਨੂੰ ਰਿਫੰਡ ਆ ਹੁਣ ਗੱਲ ਇਹਨਾਂ ਨੂੰ ਜਾਣ ਦਿਓ ਸਮ ਤਾਂ ਨਹੀਂ ਜਾਣਦੇ ਕਿ ਮੰਦੀ ਇਹਨਾਂ ਨੇ ਇਹਨਾਂ ਯਾਰ ਰਿਫੰਡ ਆ ਤੁਹਾਡੇ ਕੇ ਸਵੇਰ ਦੇ ਆਏ ਆ ਸਾਡੇ ਤੁਸੀਂ ਕੁਝ ਨਹੀਂ ਲੱਗਦੇ ਤੁਸੀਂ ਇਹਨਾਂ ਨੂੰ ਜਾਣਦੇ ਹੋ ਇਹਨੂੰ ਜਾਣਦੇ ਇਹਦੇ ਡੈਡੀ ਨੂੰ ਜਾਣਦੇ ਹੋ ਤੁਹਾਡੀ ਮੰਦੀ ਇਹਨਾਂ ਨੂੰ ਦੱਸੋ ਮੈਂ ਤੇ ਇਹਨਾਂ ਨੂੰ ਕਹਿਣ ਡਿਆ ਨਹੀਂ ਪਹਿਲਾਂ ਤੁਸੀਂ ਗੱਲ ਨੂੰ ਮੇਰੀ ਪਾਜੀ ਗੱਲ ਸੁਣੋ ਤੁਹਾਡੀ ਮੰਦੀ ਸਿਕੰਦਰ ਭਾਜੀ ਇਦਾਂ ਸਿਕੰਦਰ ਯਾਰ ਆਪਣੀ ਗੱਲ ਖੜ 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 ਕਰੀ ਇਹਨਾਂ ਨੇ ਉਹ ਦੋ ਮੱਝਾਂ ਭਾਜੀ ਵਾਕੇ ਦੋ ਦੇ ਦਿਓ ਤਾਂ ਜਾ ਕੇ ਇਹਨਾਂ ਡੇਰੇ ਨੂੰ ਲੈ ਆਓ ਨਾਲੇ ਪੈਸੇ ਦੇ ਨਾਲੇ ਦੇ ਦਿਓ ਹੋਰ ਮਹੀਨੇ ਨੂੰ ਦੋ ਮਹੀਨੇ ਕੰਮ ਦੇਣਾ ਇਦਾਂ ਥੋੜੀ ਹੋਣਾ ਅਸੀਂ ਕੰਮ ਜਾਣਾ ਹੋਰ ਵੀ ਯਾਰ ਕੰਮ ਕਰਨੇ ਅਸੀਂ ਅਸੀਂ ਸਵੇਰ ਦੀ ਰੋਟੀ ਨਹੀਂ ਪਾਣੀ ਨਹੀਂ ਕਮਰੇ ਆਹੀ ਯਾਰ ਨਾਲੇ ਤਾਂ ਰੋਟੀ ਪਾਣੀ ਖਾਣਾ ਗੁਰੂ ਆਪਕੇ ਹੋਇਆ ਨਾ ਤੇ ਤੇ ਪਰਚਾ ਹੋਇਆ ਤੇ ਤੂੰ ਆਖਣਾ 1,00,000 ਰੁਪਇਆ ਦੇ ਦੇ ਤੂੰ ਮੁੜ ਕੇ 2,00,000 ਕੀ ਕਰਨਾ ਸੀ ਤੇ ਠੁੱਕਣਾ ਸੀ ਤੇਰੇ ਪੈਸਿਆਂ ਦੇ ਆਪਣਾ ਤਰਨ ਤਾਰਨ ਜ਼ਿਲ੍ਹਾ ਜੀ ਹਰੀ ਕਾ ਪੱਤਣ ਲੱਗ ਗਏ ਮਰਹਾਣਾ ਪਿੰਡ ਹਰੀ ਕਾ ਪੱਤਣ ਦੇ ਨਾਲ ਉਹਨਾਂ ਨੂੰ ਨਹੀਂ ਪੈਸੇ ਚਾਹੀਦੇ ਪੈਸੇ ਵਾਪਸ ਹੋ ਜਾਂਦੇ ਸਾਡੇ ਕਈ ਵਾਰੀ ਪੇਮੈਂਟ ਹੱਥੋਂ ਕੱਢਣ ਜਾਂਦੇ ਅਸੀਂ ਕੋਈ ਐਡਵੋਕੇਟ ਥੋੜਾ ਪਰਮਾਤਮਾ ਨੇ ਬਣਾਇਆ ਇੱਕ ਜੀਵ ਆ ਛੋਟਾ ਜਿਹਾ ਯਾਰ ਟਰੈਕਟਰ ਲਈ ਯਾਰ ਮੱਝਾਂ ਨੂੰ ਆਪਾਂ ਸਾਹਮਣਾ ਕਰਨਾ ਮੱਝਾਂ ਨੀ ਟਰੈਕਟਰ ਖੜੀਏ ਚੱਪਰ ਗਿਆ ਟਰੈਕਟਰ ਦੇ ਦੇ ਬਾਕੀ ਲੈ ਜਾਓ ਕਿੰਨੇ ਪੈਸੇ ਦੇ ਤੁਰ ਗਏ ਕਿੱਥੇ ਆਪਣਾ ਬੰਦਾ ਕੈਮਰਾਮੈਨ ਆਵਾਜ਼ ਮਾਰੋ ਗੋਰੇ ਨੂੰ ਯਾਰ ਯਾਰ ਟਰੈਕਟਰ ਨੂੰ ਮਾਰੋ ਧੱਕਾ ਨੂੰ ਟਰੈਕਟਰ ਦੇ ਦੇ ਬਾਕੀ ਬਾਅਦ ਚ ਲੈ ਜਾਣਗੇ ਤੇ ਪੈਸੇ ਸਲਫ ਨੂੰ ਦੱਸ ਧੱਕਾ ਹੀ ਵੇਚਣਾ ਵਾ ਡਰਾਈਵਰ ਨੂੰ ਤਿਆਰ ਆ ਥਾਣੇ ਖੜਾ ਕਰ ਦੇਣੇ ਜਾਂ ਉੱਥੇ ਸਸਤਾ ਚਲਾਈ ਨਾਲੇ ਆ ਮਗਰ ਹੋਣਗੇ ਨਾਲੇ ਬੰਦਾ ਵੇਖਣ ਕਿੱਦਾਂ ਰਹਿੰਦਾ ਠੀਕ ਆ ਉੱਥੇ ਡੱਕ ਜਾਂਦੇ ਨਾਲ ਵੀ ਲੈ ਕੇ ਉੱਥੇ ਡੱਕ ਜਾਂਦੇ
ਸਲਫ ਨੀ ਨਾ ਵੱਜਣਾ, ਧੱਕਾ ਹੀ ਵੱਜਣਾ। ਥਾਣੇ ਲਾ ਦੇ ਨਾਲੇ ਪਰਚਾ ਕਰਾ ਦਿੱਤਾ, ਆਉਂਦੇ ਨਿਕਲ ਜਾਣਾ ਬਸ। ਕੈਮਰਾ ਚਾਬੀ ਨਾ ਸਟਾਰ ਨੀ ਨਾ ਹੁੰਦਾ, ਬੈਟਰੀ ਨਾ ਲੈ ਯਾਰ, ਉਹ ਨੀ ਮੰਨਦੇ ਪਾਰਟ ਯਾਰ। ਅੰਕਲ ਸ਼ੇਰ ਦੇ ਆਏ ਅਸੀਂ, ਸ਼ੇਰ ਦੇ ਆਏ ਅਸੀਂ 100-150 ਕਿਲੋਮੀਟਰ ਵਾਪਸ ਵੀ ਜਾਣਾ ਵਾ, ਠੀਕ ਹੈ ਜੀ। ਬਾਬਾ ਜੀ ਉਹ ਸਾਡੇ 10 ਬੰਦੇ ਹੋਣਗੇ, ਇੱਕ ਪਾਤੋ ਦਾ ਸ਼ੇਰ, ਇੱਕ ਦੂਜੇ ਦਾ ਪਾਤੋ, ਅਸੀਂ ਮੰਨਣ ਦੇ ਮਹਾਰਾਜ ਜੀ। ਧਮਕੀ ਵਾਲੀ ਗੱਲ ਹੋ ਗਈ ਹੁਣ। ਇੱਧਰ ਆਇਆ ਭਰਾਵਾ, ਇੱਧਰ ਆਇਆ ਤੂੰ ਕੀ ਅੰਦਰ ਹੁਣੇ ਯਾਰ, ਸਵੇਰ ਦੇ ਤੁਹਾਡੇ ਤਰਲੇ ਕੱਢਣ ਆਇਆ, ਕਦੋਂ ਦੇ ਆਏ? 4 ਵਜੇ, 4 ਵਜੇ ਕਦੋਂ ਦੇ ਆਏ ਤੁਹਾਡੇ? ਕਰਦੇ ਡੈ ਕਿਹੜੀ ਕੇਸ ਕਰਨਾ ਵਾਲੀ ਲੋਕਾਂ ਦਾ? ਭੈਣੇ ਤੁਹਾਡੇ ਨਾਲ ਕੋਈ ਗੱਲ ਨੀ ਹੁੰਦਾ, ਕੋਈ ਭੈਣ ਆ ਰਹੀ ਅੱਗੇ ਜਦੋਂ ਮੈਂ ਲੇਡੀ ਪੁਲਿਸ ਸਟੇਸ਼ਨ ਗਿਆ, ਤੁਸੀਂ ਅੱਗੇ ਖੜੇ ਹੋ ਗਏ।
ਬੰਦਾ ਵਾ ਇਹ ਬੰਦਾ ਵਾ ਬੋਲੀ ਜਾਂਦਾ ਓਨਾ ਹੀ ਚਿੜੀ ਜਾਂਦਾ ਤੁਹਾਡੇ ਨਾਲ ਗੱਲ ਤੇਰੇ ਨਾਲ ਹੀ ਨੀ ਹੱਥ ਜੋੜ ਕੇ ਬੇਨਤੀ ਕੀਤੀ ਭਰਾਵਾ ਦੇ ਤੇ ਭੈਣੇ ਕੋਈ ਜਾਨ ਕੱਢਣ ਤੋਂ ਸਹੀ ਗੱਲ ਮੁੰਡੇ ਦੀ ਵੀ ਗੱਲ ਸਹੀ ਆ ਪੁੱਛ ਲਓ ਨਿਬੇੜਨੀ ਨਹੀਂ ਗੱਲ ਜਨਾਨੀ ਅੱਗੇ ਕਰਨ ਡੇ ਆਪਣੀਆਂ ਕਮਾਲ ਜਨਾਨੀ ਨੂੰ ਆ ਕੇ ਧੱਕੀ ਮਾਰੀ ਸੀ ਨਹੀਂ ਕੈਮਰਾ ਹੈ ਕੋਈ ਗੱਲ ਕਰਦਾ ਜਦੋਂ ਆਪਣੇ ਘਰੇ ਕੋਈ ਬੰਦਾ ਧੱਕਾ ਕਰਨ ਆ ਜਾਏ ਤੇ ਸਾਰੇ ਭੈਣ ਭਰਾ ਇਕੱਠੇ ਹੋ ਜਾਂਦੇ ਆ ਸਾਡੇ ਤੇ ਧੱਕਾ ਹੋਣ ਡਿਆ ਵਾ ਇਹਨਾਂ ਨੂੰ ਪਤਾ ਆਪ ਗਲਤ ਆ ਸਨੀ ਜੀ ਫਾਈਨਾਂਸਰ ਆ ਗਏ ਇਹਨੂੰ ਕਾਹਦਾ ਡਰ ਹੈ ਆਹੋ ਨਹੀਂ ਦੋ ਮਾਝੇ ਲੈ ਜਾਏਗੇ ਸਨੀ ਜੀ ਉਹਨਾਂ ਨੇ ਆਪੇ ਇੱਕ ਦੇ ਦੇਣਾ ਨਿਕਲ ਜੀ ਲੈਟਰਿੰਗ ਕੱਢ ਲੈਣਾ ਆਮ ਆਦਮੀ ਪਾਰਟੀ ਦਾ ਸਰਕਾਰ ਜੁੱਤੀਆਂ ਖਾ ਕੇ ਇਮਾਨਦਾਰ ਸਰ ਹਾਂਜੀ ਹਾਂਜੀ ਸਨੀ ਜੀ ਕਿਆ ਫਾਈਨਲ ਚੌਵੀ ਤਰੀਕ ਨੂੰ ਬਾਕੀ ਲਿਖ ਲਓ ਜੇ ਨਹੀਂ ਗੱਲ ਬਣੂਗੀ
ਇਹ ਚੰਗਾ ਭਲਾ ਹੋ ਚਾਹੀਦੇ ਇਹਦੇ ਬਿਆਨਾਂ ਦੇ ਆਧਾਰ ਤੇ ਆਰਾਮ ਨਾਲ ਪਰਚਾ ਹੋ ਜਾਊਗਾ ਹਨਾ ਕਿਉਂਕਿ ਆਪਾਂ 24 ਦਿਨ ਨੂੰ ਬਵਾਂਗੇ 24 ਦਿਨ ਨੂੰ ਕਿ ਆ ਰੋਲਾ ਰਪਾ ਨਹੀਂ ਕਰਨਾ ਫਿਰ 24 ਦਿਨ ਫਿਰ ਬੈਠ ਕੇ ਸਹੀ ਆਵੇ ਇੱਕ ਮਿੰਟ ਗੱਡੀ ਦੇ ਵਿੱਚ ਪੇਪਰ ਪਿਆ ਲੈਟਰ ਪੈਡ ਹੈਗੀ ਆਪਣੇ ਕੋਲ ਹੈਗੀ ਹੈ ਲੈਟਰ ਪੈਡ ਲਿਖ ਲਿਖੋ ਭਾਜੀ ਚੱਲ ਕਹੀਏ ਦੇਖ ਲਓ ਤੁਸੀਂ ਆਪਣੇ ਜਾ ਕੇ ਤੂੰ ਲੈਟਰ ਪੈਡ ਕੱਢ ਕੇ ਲਿਆ ਅੱਡੀ ਕਿੱਟ ਪਈ ਆਪਣੀ ਲੈਟਰ ਹੈਡ ਤੇ ਨਹੀਂ ਲਿਖਣਾ ਸਿੰਪਲ ਤੇ ਆਪਣੀ ਲੈਟਰ ਹੈਡ ਹੈਗੀ ਇਹਨਾਂ ਤੋਂ ਇੱਕ ਹੈਗੀ ਆ ਤੁਸੀਂ ਲੈ ਆਓ ਪੱਕਾ ਤੇ ਕੰਮ ਆਪਣੇ ਬਣਾ ਲਓ ਨਹੀਂ ਨਹੀਂ ਲੋੜ ਹੀ ਨਹੀਂ ਸਿੰਪਲ ਪੇਜ ਤੇ ਲਿਖਾ ਕੇ ਸਾਈਨ ਕਰਾ ਲਓ ਗਵਾਹੀ ਕਰ ਲਓ ਉਸੇ ਚੀਜ਼ ਨੂੰ ਲੈਟਰ ਹੈਡ ਤੇ ਕਰ ਲਓ ਇੱਧਰ ਆਇਓ ਆਇਓ ਮੜਾ ਯਾਰ ਬਾਕੀ ਜਿਹੜੀ 24 ਤਰੀਕ ਦਾ ਸਮਾਂ ਦਿੱਤਾ ਕਿੰਨੇ ਪੈਸੇ ਚ ਇਹਨਾਂ ਦਾ ਹੱਲ ਆਪਣਾ 65,000 ਚ ਗੱਲ ਹੋਈ ਆ 55,000 ਰੁਪਇਆ ਇਹਨਾਂ ਨੇ ਉਦੋਂ ਦੇਣਾ ਕਿਹੜੇ ਤਰੀਕ ਨੂੰ 24 ਤਰੀਕ ਨੂੰ 55,000 ਕਿਦੋਂ ਲੈਣਾ ਆਪਾਂ ਅਗਲੇ ਬੰਨੇ ਨਾ ਬਾਰੀ ਦੇ ਵਿਚ ਪੈਨ ਜੇ ਅਗਲੇ ਬੰਨੇ ਬਾਰੀ ਚ ਪੈਨ ਜੇ ਲੈ ਹੈ ਹਾਂ ਚੱਲਦਾ ਸਨੀ ਤੇਰੇ ਫੋਨ ਚ ਬਣੇ ਆ ਵੀਡੀਓ ਬਣੀਆਂ ਦੋ ਚਾਰ ਵੀਡੀਓ ਹੈ ਭਾਜੀ ਕੋਲ ਲਾ ਲੈ ਕਿਤੇ ਇੱਕ ਆ ਵੀਡੀਓ ਲੈ ਲਿਓ ਬੋਲਣ ਦੀ ਸਾਰੀ ਭਾਜੀ ਕੱਲ ਨੂੰ ਪਾਉਣੀ ਤੁਸੀਂ ਇਹ ਹਾਂ ਸਵੇਰੇ ਪਾਉਗੀ ਨੌ ਤੇ ਘਰੇ ਕੱਲ ਨੂੰ ਯੂਟਿਊਬ ਤੇ ਕੱਲ ਨੂੰ ਪਾਉਂਗਾ ਮੈਂ ਅੱਜ ਸਾਰੀ ਵੀਡੀਓ ਨੂੰ ਮਾਇਆ ਅੱਜ ਵੀਰ ਜੀ ਹੋਟੀ ਭਾਜੀ ਹੋਟੀ ਰਹਿ ਅੰਗਲੀ ਚਲੋ ਜਿਦਾਂ ਤੁਹਾਨੂੰ ਰਾਜਨ ਵੀਡੀਓ ਬਣੀ ਆ ਨਾ ਗਵਾਹੀ ਵੀਡੀਓ ਬਣੀ ਆ ਨਾ ਲੋੜ ਹੀ ਨਹੀਂ ਵੀਡੀਓ ਹੀ ਸੁਪਰੀਮ ਕੋਰਟ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣੇ ਭਰਾ ਮਾਮਾ ਸ਼੍ਰੀ ਪਲੀਜ਼ ਮੇਰੀ ਗੱਲ ਸੁਣੋ ਲਿਖਾਓ ਭਾਜੀ ਬਾਰੇ ਵਿੱਚ ਪਤਾ ਕੀ ਆਪਾਂ ਪਾਪਾ ਜ਼ਿੰਮੇਵਾਰ ਹੈ ਹਨਾ ਨਹੀਂ ਕੋਈ ਗੱਲ ਲਿਖਾਓ ਭਾਜੀ ਮੰਗਾਓ ਪੇਜ ਉਹ ਲੈਣ ਕੇ ਆਓਗੇ ਆ ਗਿਆ ਓਏ ਕੀ ਕਰੀ ਜਾਂਦੇ ਜੇ ਲੈ ਕੱਲਾ ਪੇਜ ਕੱਢ ਲੈ ਉਹਨੇ ਕਹਿੰਦਾ ਮੇਰਾ ਭਰਾ ਸਮਾਂ ਅੱਲਾ ਫੜਾ ਫੜੂ ਸਮਾਂ ਉਹ ਕਹਿੰਦਾ ਬਸ ਅੰਤਾ ਨਹੀਂ ਉਹ ਤਾਂ ਆਪਣੀ ਰਿਸ਼ਤੇਦਾਰੀ ਹਿਸਾਬ ਨਾਲ ਦੱਸ ਦੇ ਵੇਜੋ ਵੇਰਵਾ ਪਾ ਲਈਏ ਲਿਖਵਾਓ ਸਾਰਾ ਕੁਛ ਲਿਖੋ ਤੁਸੀਂ ਮੈਂ ਲਿਖਾਂ ਲਿਖੋ ਹਾਂ ਇਹਦਾ ਨਾਮ ਕੀ ਸੌਕਾ ਤੇ ਮਿੰਟਾ ਜੁੱਦੀ ਤਰੀਕ ਲਾ ਪਾ ਦਿਓ ਤੇ ਹਾਂਜੀ ਤਰੀਕ ਹਾਂਜੀ ਹਾਂ ਬਣਾਓ ਬਣਾਓ ਜੀ ਇਕਰਾਰਨਾਮਾ ਲਿਖੋ ਰੋਜ਼ ਆਜੋ ਮੋਟਰਸਾਈਕਲ ਤੇ ਲੈ ਲਓ ਮੋਟਰਸਾਈਕਲ ਲੈ ਲਓ ਕਲੋਕੇ ਉੱਥੇ ਰੱਖ ਲਓ ਮੋਟਰਸਾਈਕਲ ਰੱਖ ਲਓ ਇਕਰਾਰਨਾਮਾ ਜਗਜੀਤ ਭਾਈ ਡੈਡੀ ਮੈਨੂੰ ਲੱਗਾ ਨੀ ਪਹਿਲੀ ਵਾਰ ਤੇ ਦੂਜੀ ਗੱਲ ਆ ਕਿ ਮੇਰੇ ਤੋਂ ਆਪ ਅੱਗੇ ਹੋ ਕੇ ਫੈਸਲਾ ਕਰਾਉਣ ਦੇ ਸਾਡਾ
ਮੈਂ ਤੇ ਇੱਧਰ ਖਲੋਤਾ ਵਾ, ਮੈਨੂੰ ਕੋਈ ਸਿਰਦਰਦੀ ਨਹੀਂ ਹੈ। ਧੰਨਵਾਦ ਤੁਹਾਡਾ ਵਾ, ਬਹੁਤ ਬਹੁਤ। ਤੇ ਬੜਾ ਵਧੀਆ ਸਾਰੇ ਵੀਰਾਂ ਨੇ, ਆ ਭਾਜੀ ਸਾਹਿਬ ਹੋਣਾਂ ਨੇ, ਰਾਓ ਭਾਜੀ ਸਾਹਿਬ, ਬੜਾ ਵਧੀਆ ਸਾਥ ਦਿੱਤਾ। ਐਨ ਲੱਗਾ ਕਿ ਜਿਵੇਂ ਨਾ ਅਸੀਂ ਆਪਦੇ ਪਿੰਡ 'ਚ ਹੀ ਆ ਗਏ ਹੁੰਦੇ ਆ। ਠੀਕ ਹੈ ਜੀ, ਬੜਾ ਪੰਚਾਇਤ ਨੇ ਬੜਾ ਸਾਥ ਦਿੱਤਾ। ਸਿਰਫ ਕੋਈ ਕਰਨੀ ਪੈਂਦੀ ਉਹ ਨਹੀਂ ਕਰਨੀ ਨਹੀਂ ਪਈ ਇੱਥੇ ਆ ਕੇ। ਉਹੀ ਸਿਰਫ ਕੋਈ ਜ਼ਰੂਰ ਆ, ਪਰ ਇਹਨਾਂ ਦੀ ਸਾਡੀ ਨਹੀਂ ਹੋਈ, ਅਸੀਂ ਬੜਾ ਖਲੋਤੇ ਆ। ਬਹੁਤ ਸਹਿਯੋਗ ਦਿੱਤਾ ਇਹਨਾਂ, ਧੰਨਵਾਦ ਤੁਹਾਡਾ, ਸਾਡੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਕਿਸੇ ਮੰਦ ਬੁੱਧੀ ਨੂੰ ਵਿਚਾਰੇ ਨੂੰ ਇਨਸਾਫ ਮਿਲ ਲੱਗਾ। ਭਾਜੀ 1.5 ਸਾਲ ਤੋਂ ਬੰਦੇ ਨੂੰ ਰੱਖਿਆ ਕਰੇ, ਰਾਤ ਨੂੰ ਉਹਨੂੰ ਲਾ ਦਿੰਦੇ ਆ, ਸੰਗਲ ਲਾ ਦਿੰਦੇ ਆ, ਤੇ ਕੱਪੜੇ ਉਹਦੇ ਆਪ ਹੀ ਦੇਖ ਲਓ, ਇੱਥੇ ਖਲੋਤਾ ਹੋਣਾ ਕਿੱਥੇ ਚਲੇ ਗਿਆ, ਉਹ ਗੱਡੀ 'ਚ ਬਿਠਾਇਆ ਠੰਡ ਲੱਗ ਰਹੀ। ਕੁਛ ਇਹਨਾਂ ਲੋਕਾਂ ਦੇ ਕੋਲੋਂ ਸੁਣ ਕੇ ਮਿਲਦਾ ਇਹ ਬੰਦੇ ਨੇ ਨਾ, ਜਿੱਦਾਂ ਕੱਪੜਾ ਬੰਨ ਲੈਂਦੇ ਸਿਰ ਵਿੱਚ, ਉਹ ਯਾਰ ਤੁਹਾਨੂੰ ਦੱਸ ਦੇ ਚੂੜੀਆਂ ਮਾਰ ਕੇ ਨਾ ਬੁਲਾ ਜੇ ਮੈਂ ਮਨ ਬੁੱਧੀ ਬੁਲਾ। ਹਾਂਜੀ 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 ਮੈਂ ਵੀਰ ਜੀ ਹੁਣਾਂ ਨੂੰ ਅੱਗੇ ਦੱਸ ਰਿਹਾ, ਕੱਪੜਾ ਬੰਨ ਕੇ ਉਹਦੇ ਤੇ ਭਾਜੀ ਉਹਦੇ ਤੇ ਮਾਰਦੇ ਆ, ਚੀਜ਼ਾਂ ਮਾਰਦੇ ਆ, ਇੱਥੇ ਚੀਜ਼ਾਂ ਮਾਰਦੇ ਆ, ਫੁੱਟਪ੍ਰਿੰਟ ਤੇ ਉਹਨੂੰ ਡਿਸਟਰਬ ਕਰਦੇ ਆ, ਉੱਥੇ ਹੀ ਰਹਿੰਦੀ ਤੇ। ਸਿਕੰਦਰ ਭਾਜੀ ਮੇਰੇ ਡੈਡੀ ਹਮੇ ਮਿਲ ਲਿਆ ਭਾਜੀ ਮਿਲ ਜਾਊਗਾ ਤੇ। ਹਾਂਜੀ ਜੇਲ੍ਹ, ਅੱਛਾ ਜੇਲ੍ਹ, ਆ ਵੇਖ ਲੈ ਇਹਨਾਂ ਨੂੰ ਜੇਲ੍ਹ ਸਾਹਿਬ ਨੂੰ ਪਤਾ ਨਾ। ਜਿਸ ਦਾ ਨਾਂ ਰਾਜੂ, ਰਾਜੂ ਹੈ ਨਾ, ਰਾਜੂ ਰਾਜੂ, ਜਿਸ ਦਾ ਨਾਂ ਪ੍ਰਵਾਸੀ ਮਜ਼ਦੂਰ ਰਾਜੂ। ਹਾਂਜੀ, ਮੈਂ ਉਸਨੂੰ ਜ਼ਬਰਦਸਤ ਆਪਣੇ ਘਰ ਰੱਖ ਕੇ ਬਿਨਾਂ ਰੋਟੀ ਪਾਣੀ ਦੇ ਕੇ, ਰੋਟੀ ਪਾਣੀ ਤੋਂ ਬਿਨਾਂ ਕੰਮ ਕਰਾਉਂਦਾ ਸੀ, ਕਦੀ ਕਰ ਦਿੰਦਾ ਸੀ ਰਾਜੂ ਦਾ ਵਿਆਹ, ਚੱਕਣਾ ਸਾਰਾ ਡੰਗਰਾਂ ਦਾ ਕੰਮ ਕਰਾਉਂਦਾ, ਜੋ ਹੁੰਦਾ ਏਦਾਂ ਕੋਈ ਵੀ ਕਿਸੇ ਦਾ ਵੀ ਮਨ ਰੱਖਦਾ ਸੀ ਤਾਂ ਉਹ ਭੱਜ ਨਾ ਜਾਏ। ਅੱਜ ਅਚਾਨਕ ਅੱਜ ਮਿਤੀ ਸੱਤ 1 2024 ਨੂੰ ਤਰਨ ਤਾਰਨ ਚੋਂ ਆਉਤ ਲੈ ਲਈ ਅਸੰਸਾਰ ਨਾਲ ਤਰਨ ਤਾਰਨ ਤੋਂ ਸਸਤਾ ਬਾਕੀ ਉੱਚੋ ਲੈ ਲਈ ਸੋਸਾਇਟੀ ਅਤੇ ਵਾਲਮੀਕ ਸੰਘਰਸ਼ ਸਮੁੱਚਾ ਭਾਰਤ ਗੱਲ ਨੂੰ
ਭਾਰਤ ਦੇ ਸਾਰੇ ਅਹੁਦੇਦਾਰ ਤਰਨ ਤਾਰਨ ਐਨ ਜੀ ਓ ਦੇ ਮੁਖੀ ਬਾਬਾ ਜਗਜੀਤ ਸਿੰਘ ਜੀ ਨੇ ਰੈਸਕਿਊ ਕਰਕੇ ਰਾਜੂ ਨੂੰ ਉਧਾਰ ਤਰਨ ਤਾਰਨ ਦੇ ਤਰਨ ਤਾਰਨ ਐਨ ਜੀ ਓ ਦੇ ਤਰਨ ਤਾਰਨ ਐਨ ਜੀ ਓ ਦੇ ਮੁਖੀ ਬਾਬਾ ਸੁਰਜੀਤ ਸਿੰਘ ਜਗਜੀਤ ਸਿੰਘ ਬਾਬਾ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਨੇ ਕੀ ਲਿਖਿਆ ਜਗਜੀਤ ਸਿੰਘ ਨੇ ਰੈਸਕਿਊ ਕਰਕੇ ਰਾਜੂ ਨੂੰ ਇੱਥੋਂ ਲੈ ਜਾਣ ਦੀ ਕਿਰਪਾਲਤਾ ਕੀਤੀ ਰੈਸਕਿਊ ਕੀਤਾ ਰੈਸਕਿਊ ਕਰਕੇ ਨਾਲ ਲੈ ਗਿਆ ਨਾਲ ਲੈ ਜਾ ਰਹੇ ਹਨ ਨਾਲ ਲੈ ਜਾ ਰਹੇ ਹਾਂ ਸਹੀ ਬਣ ਗਈ ਜੀ ਨਾਲ ਲੈ ਜਾ ਰਹੇ ਹਨ ਰਾਜੂ ਦਾ ਮਜ਼ਦੂਰ ਰਾਜੂ ਦਾ ਰਾਜੂ ਦਾ ਡੇਢ ਸਾਲ ਦਾ ਰਾਜੂ ਦਾ ਡੇਢ ਸਾਲ ਦਾ ਹਾਂ ਡੇਢ ਸਾਲ ਦਾ ਮਿਹਨਤ ਅਠਾਰਾਂ ਮਹੀਨੇ ਲਿਖਦਾ ਡੇਢ ਸਾਲ ਦਾ ਮਿਹਨਤ ਹਾਂਜੀ ਕਿੰਨਾ ਬਣਿਆ ਟੋਟਲ ਬਾਬਾ ਜੀ 70,000 ਬੋਲਣਾ ਨੀ ਲਿਖਾ ਮਿਹਨਤ ਹਾਂਜੀ ਮਿਹਨਤ 65,000 ਰੁਪਿਆ ਹਾਂਜੀ ਬਣਿਆ ਹਾਂਜੀ ਅੱਜ ਮਿਤੀ ਕਿੰਨਾ ਐਡਵਾਂਸ ਦਿੱਤੇ ਬਾਬਾ ਜੀ 10,000 ਅੱਜ ਮਿਤੀ 7 ਹਾਂਜੀ 7/1/2024 ਨੂੰ ਮੈਂ 10,000 ਰੁਪਇਆ ਸੰਸਥਾ ਨੂੰ ਦੇ ਦਿੱਤਾ ਬਾਕੀ 55,000 ਚੌਵੀ ਤਰੀਕ ਨੂੰ ਦੇਵਾਂਗਾ 10,000 ਰੁਪਏ ਸੁਕਾ ਜੀ ਠੀਕ ਆ ਸੰਸਥਾ ਨੂੰ ਦੇਤਾ ਨਾ ਸੰਸਥਾ ਨੂੰ ਦੇ ਦਿੱਤਾ ਜੀ ਅਤੇ ਬਾਕੀ ਰਕਮ 55,000 ਰੁਪਇਆ ਮੈਂ 24 ਤਾਰੀਖ ਨੂੰ ਦੇਵਾਂਗਾ ਹਾਂ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਲਿਖਣੇ ਬਾਕੀ ਦਾ 55,000 ਰੁਪਏ 24/1/2024 ਨੂੰ ਹਾਂਜੀ ਬਾਕੀ ਰਕਮ ਅਦਾ ਕਰ ਦਾਂਗਾ ਅਗਰ ਮੈਂ ਨਹੀਂ ਕਰਦਾ ਜੋ ਮੇਰੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੇਕਰ ਮੈਂ ਆਪਣੇ ਵਾਅਦੇ ਤੋਂ ਮੁਕਰਦਾ ਹਾਂ ਆਪਣੇ ਵਾਅਦੇ ਤੋਂ ਮੁਕਰਦਾ ਹਾਂ ਤੇ ਮੇਰੇ ਤੇ ਬਣਦੀ ਕਾਨੂੰਨ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਬਾਬਾ ਜੀ ਹੈ ਜੀ ਬਸ ਠੀਕ ਬਸ ਪੱਕਾ ਕੰਮ ਆਪਣੇ ਗਿਲੋਨਾ ਕਰਤੂਤ ਦਾ ਮਾਫੀ ਮੰਗਦਾ ਹਾਂ ਆਪਣਾ ਗਿਲੋਨਾ ਕਰਤੂਤ ਦਾ ਮਾਫੀ ਮੰਗਦਾ ਹਾਂ ਮੈਂ ਸਾਰੇ ਸੰਗਤਾਂ ਦੇ ਸਾਹਮਣੇ ਮੈਂ
ਸਾਰੇ ਸੰਗਤਾਂ ਦੇ ਸਾਹਮਣੇ ਸੰਗਤਾਂ ਦੇ ਸਾਹਮਣੇ ਆਪਣੇ ਖਿਲੋਨਾ ਕਰਤੂਤ ਦਾ ਮਾਫੀ ਮੰਗਦਾ। ਸਾਰੀ ਸੰਗਤ ਦੇ ਸਾਹਮਣੇ ਆਪਣੀ ਘਿਨੌਣੀ ਘੱਗੇ ਨਹਾਉਣਾ ਆਪਣੀ ਮਾਫੀ ਤੇ ਮਤਲਬ ਤੁਸੀਂ ਮਾਫੀ ਨੀ ਮੰਗਣੀ ਕੰਮ ਕੱਲ ਨੂੰ ਫੇਰ ਇਹੋ ਕਰਨਾ ਥੱਲੇ ਨੰਬਰ ਲਿਖ ਦੇ ਆਪਣਾ ਫੋਨ ਨੰਬਰ ਫੋਟੋ ਲੈ ਲਿਓ ਜੀ, ਲਓ ਜੀ ਗਵਾ ਨੰਬਰ ਇੱਕ ਦਸ ਬੰਦਿਆਂ ਦੇ ਸਾਈਨ ਕਰਾ ਨੰਬਰ ਦੀ ਲੈ ਆਓ ਭਾਜੀ ਦੀ ਫੋਟੋ ਨਹੀਂ ਸਹੀ ਗੱਲ ਆ। ਹਾਂਜੀ ਵੀਰੋ, ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਵੇਂ ਤੁਸੀਂ ਅੱਜ ਵੇਖੀ ਆ ਸਵੇਰ ਤੋਂ ਵੀਡੀਓ ਵੇਖ ਰਹੇ ਜੇ ਕਿ ਕਿੱਦਾਂ ਇਸ ਵੀਰ ਨੂੰ 1.5 ਸਾਲ ਜਿਹੜੇ ਸਿਵਾੜੇ ਦੇ ਵਿੱਚ ਖਲੋਤੇ ਆ ਇਸ ਗੁੱਜਰ ਨੇ ਆਪਣੇ ਦੇ ਕੋਲ 1.5 ਸਾਲ ਇਹ ਤੋਂ ਕੰਮ ਕਰਾਇਆ।
ਤੇ ਉਤੋਂ ਰਾਤ ਨੂੰ ਸੰਗਲ ਮਾਰ ਕੇ ਇਹਦੇ ਗਿੱਟੇ ਦੇ ਨਾਲ ਸੰਗਲ ਮਾਰ ਕੇ ਤੇ ਇਹਨੂੰ ਪਰਾਲੀ ਦੇ ਉੱਤੇ ਸੌਣ ਨੂੰ ਮਜਬੂਰ ਕੀਤਾ ਜਾਂਦਾ ਸੀਗਾ। ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸਾਰੀ ਸੰਗਤ ਦਾ। ਮੈਂ ਤੁਹਾਨੂੰ ਇਕੱਲੇ ਇਕੱਲੇ ਵੀਰ ਦਾ ਨਾਮ ਲੈ ਕੇ ਦੱਸਾਂਗਾ ਕਿ ਅੱਜ ਇੰਨਾ ਇੰਨਾ ਸਹਿਯੋਗ ਦਿੱਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜਿਹਦੇ ਸਹਿਯੋਗ ਦੀ ਵਜ੍ਹਾ ਨਾਲ ਅੱਜ ਇਹ ਵੀਰ ਆਜ਼ਾਦ ਹੋ ਕੇ ਨਾਲ ਆਪਣਾ ਇਹਨਾਂ ਦਾ 65,000 ਰੁਪਏ ਦਾ ਜਿਹੜਾ ਆਪਣੇ ਨਾਲ ਸੈਟਲਮੈਂਟ ਹੀ ਕਹਿ ਸਕਦੇ ਹਾਂ ਇੱਕ ਸੰਗਤ ਦੇ ਸਹਿਯੋਗ ਦੇ ਨਾਲ, ਜੋ ਵੀ ਸੰਗਤ ਨੇ ਕਿਹਾ ਸੀ ਵੀ 65,000 ਰੁਪਏ ਦੇ ਵਿੱਚ ਇਹਨਾਂ ਨੂੰ ਅਸੀਂ ਡਨ ਲਾਇਆ ਵਾ। ਤੇ ਮੈਂ ਬਹੁਤ ਧੰਨਵਾਦ ਕਰਦਾ ਵਾਂ ਸਭ ਤੋਂ ਪਹਿਲਾਂ ਸਰ PC ਰਾਓ ਰਾਜਪੂਤ ਪ੍ਰੈਸ ਦਾ, ਮੇਰੇ ਲਾਗੇ ਖੜੇ ਨੇ, ਮੇਰੇ ਲਾਗੇ ਖੜੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਸਭ ਤੋਂ ਵੱਡੀ ਤੁਹਾਨੂੰ ਇਨਸਾਨੀਅਤ ਦੀ ਇਹਨਾਂ ਦੀ ਗੱਲ ਦੱਸਦਾ ਵਾਂ ਕਿ ਜਿਹੜਾ ਆਹ ਕੋਟ ਇਹਨਾਂ ਨੇ ਪਾਇਆ, ਆਹ ਮੇਰੇ ਵੀਰ ਰਾਜੂ ਵੀਰ ਨੇ ਪਾਇਆ ਲੌਂਗ ਕੋਟ ਪਾਇਆ ਵਾ, ਇਹ ਰਾਓ ਸਾਹਿਬ ਨੇ ਆਪਣਾ ਕੋਟ ਉਤਾਰ ਕੇ ਦਿੱਤਾ ਵਾ। ਕਿਉਂਕਿ ਜਦੋਂ ਅਸੀਂ ਆਏ ਸੀਗੇ ਠੰਡ ਬਹੁਤ ਜ਼ਿਆਦਾ ਸੀ ਉਸ ਟਾਈਮ, ਤੇ ਇਹ ਕੰਬ ਰਿਹਾ ਸੀ ਵੀਰ, ਤੇ ਇਹਨਾਂ ਕੋਲ ਜਰੀ ਨਹੀਂ ਗਈ। ਕਿਤੇ ਇਹਨਾਂ ਲੋਕਾਂ ਨੇ 1.5 ਸਾਲ ਤਸ਼ੱਦਰ ਕੀਤਾ, ਕਿਤੇ ਇਹਨਾਂ ਕੋਲ 10 ਮਿੰਟ ਇਹਦੇ ਜਰੇ ਨਹੀਂ ਗਏ, ਤੇ ਇਹਨੂੰ ਵਿਚਾਰੇ ਨੂੰ ਆਪਣਾ ਕੋਟ ਲਾ ਕੇ ਤੇ ਆਪ ਵਿਚਾਰੇ ਇਹ ਸਿਰਫ ਛੋਟੀ ਜਿਹੀ ਜੈਕਟ ਦੇ ਵਿੱਚ ਠੰਡ ਦਾ ਮਤਲਬ ਕਿ ਠੰਡ ਮਹਿਸੂਸ ਕਰ ਰਹੇ, ਠੰਡ ਇਹਨਾਂ ਨੂੰ ਲੱਗਣ ਡਈ ਆ। ਤੇ ਇਹਨਾਂ ਦਾ ਮੈਂ ਸਭ ਤੋਂ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦਾ ਜਿਹੜੇ ਇਨਸਾਨੀਅਤ ਨਾਲ ਤੇ ਇਸ ਵੀਰ ਨੂੰ ਹੈਲਪ ਕੀਤੀ ਆ। ਸੋ ਇਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਵਾਂ ਭਾਜੀ ਜਸ ਕਲਿਆਣ ਵੀਰ ਜੀ ਦਾ, ਜਿਹੜੀ ਆ ਬਾਲਮਿਕ ਸੰਘਰਸ਼ ਮੋਰਚਾ ਦੇ ਚੇਅਰਮੈਨ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਇਹਨਾਂ ਵੀਰਾਂ ਨੇ ਆਪਾਂ ਨੂੰ ਵੀਡੀਓ ਬਣਾ ਕੇ ਭੇਜੀ ਸੀ ਕਿ ਵੀਰ ਜੀ ਐਸ ਫਲਾਨੀ ਫਲਾਨੀ ਜਗ੍ਹਾ ਦੇ ਵਿੱਚ ਇੱਕ ਮੰਦਬੁੱਧੀ ਵੀਰ ਨੂੰ ਗੁਲਾਮ ਬਣਾਇਆ ਵਾ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ। ਕਈ ਵੀਰ ਹੁੰਦੇ ਡਰ ਜਾਂਦੇ ਆ ਕਿ ਯਾਰ ਸਾਡਾ ਏਰੀਆ ਵਾ, ਸਾਨੂੰ ਸਾਡੀ ਗੱਲ ਨੂੰ ਦੁਸ਼ਮਣੀ ਪੈ ਜਾਊਗੀ, ਪਰ ਇਹ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਤੇ ਤੁਰੇ ਵੀ ਆ ਵੀਰ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਫਿਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਵਾਂ ਕੁਲਵਿੰਦਰਜੀਤ ਸਿੰਘ ਜੀ ਦਾ, ਜਿਹੜੇ ਵਾਈਸ ਚੇਅਰਮੈਨ ਆ ਭਾਜੀ, ਇਹਨਾਂ ਨੇ ਵੀ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ। ਸਵੇਰ ਤੋਂ ਵਿਚਾਰੇ ਸਵੇਰ ਦਾ ਪਾਣੀ ਤੱਕ ਨਹੀਂ ਇਹਨਾਂ ਵੀਰਾਂ ਨੇ ਪੀਤਾ। ਮੈਂ ਇਹਨਾਂ ਦੇ ਮਤਲਬ ਕਿ ਅੱਜ ਇਹਨਾਂ ਤੋਂ ਬਲਿਹਾਰੇ ਜਾਂਦਾ ਵਾ ਜਿਹਨਾਂ ਨੇ ਇੰਨਾ ਸਹਿਯੋਗ ਦਿੱਤਾ ਵਾ। ਉਸ ਤੋਂ ਬਾਅਦ ਕਲਿਆਣ ਫੈਮਿਲੀ ਸਾਰੀ ਦਾ ਮੈਂ ਧੰਨਵਾਦ ਕਰਦਾ ਵਾਂ, ਰਵੀ ਕਲਿਆਣ ਵੀਰ ਜੀ ਦਾ। ਫਿਰ ਮੇਰੇ ਨਾਲ ਅੱਜ 2 ਰਵੀ ਵੀਰ ਆ, ਤੇ ਦੋਵਾਂ ਰਵੀ ਵੀਰਾਂ ਦਾ ਧੰਨਵਾਦ ਕਰਦਾ ਵਾਂ। ਅੱਜ ਕਲਿਆਣ ਫੈਮਿਲੀ ਨੇ ਇੱਕ ਕਲਿਆਣ ਕੀਤਾ ਵਾ, ਇਸ ਵੀਰ ਦਾ ਪਰਉਪਕਾਰ ਕਰਾਇਆ, ਉਧਾਰ ਕਰਾਇਆ ਵਾ ਇਹਨਾਂ ਜਾਲਮਾਂ ਦੇ ਕੋਲੋਂ। ਤੇ ਇਹਨਾਂ ਦੇ ਨਾਂ ਤੇ ਇੱਕ ਸਾਰੀ ਸੰਗਤ ਨੂੰ ਮੈਂ ਕਹਿੰਦਾ ਵਾਂ ਕਿ ਇਹਨਾਂ ਦੇ ਨਾਂ ਤੇ ਇੱਕ ਵਾਰੀ ਇਹਨਾਂ ਦੀ ਅਰਦਾਸ ਜ਼ਰੂਰ ਕਰਿਓ ਕਿ ਇਦਾਂ ਹੀ ਜੇ ਅੱਜ ਕਿਹਨਾਂ ਮੰਦਬੁੱਧੀ ਛੜਾ ਵਾ, ਇਦਾਂ ਹੀ ਮਾਨਵਤਾ ਦੀ ਸੇਵਾ ਕਰਦੇ ਰਹਿਣ। ਤੇ ਫਿਰ ਮੈਂ ਧੰਨਵਾਦ ਕਰਦਾ ਵਾਂ ਸੰਨੀ ਕਲਿਆਣ ਵੀਰ ਜੀ ਦਾ, ਜਿਨ੍ਹਾਂ ਨੇ ਸਹਿਯੋਗ ਦਿੱਤਾ ਵਾ ਸਾਰੀ ਸੰਗਤ। ਮੈਂ ਵੀਰ ਜੀ ਜਦੋਂ ਬੋਲਦਾ ਨਾ ਉਦੋਂ ਇਹਦਾ ਫਤਿਹ ਬੁਲਾ ਲਿਆ ਕਰੋ, ਮੈਨੂੰ ਵੀ ਪਤਾ ਲੱਗ ਜਾਂਦਾ ਕਿਹੜੇ ਵੀਰ ਦਾ ਨਾਮ ਹੈ ਨਾ। ਹਾਂ ਇੱਦਾਂ ਇਹਦਾ ਹੱਥ ਜੋੜਦਾ ਕਰੋ, ਹੱਥ ਜੋੜਦਾ ਕਰੋ, ਮੈਨੂੰ ਪਤਾ ਲੱਗ ਜਾਂਦਾ ਕਿਹੜਾ ਵੀਰ ਆ। ਹਾਂ ਉਹਨਾਂ ਕੁ ਮੈਂ ਕੱਟ ਲਉ, ਕੋਈ ਗੱਲ ਨਹੀਂ, ਠੀਕ ਹੈ ਜੀ, ਮੈਨੂੰ ਪਤਾ ਲੱਗ ਜਾਂਦਾ ਵਾ ਕਿਹੜਾ ਵੀਰ ਆ, ਹੈ ਨਾ। ਫਿਰ ਮੈਂ ਧੰਨਵਾਦ ਕਰਦਾ ਵਾਂ ਆਪਣੇ ਮੰਗੇ ਵੀਰ ਜੀ ਦਾ, ਮੰਗਾ ਕਲਿਆਣ ਵੀਰ ਜੀ ਦਾ, ਵੀ ਇਹਨਾਂ ਨੇ ਵੀ ਸਵੇਰ ਤੋਂ ਆਏ ਆ ਵਿਚਾਰੇ ਤੇ ਨਾਲ ਸਾਥ ਦਿੱਤਾ ਵਾ। ਫਿਰ ਜਗੀਰ ਸਿੰਘ ਫੌਜੀ ਸਾਹਿਬ ਜੀ ਦਾ, ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਡਿਊਟੀ ਛੱਡ ਕੇ ਆਏ ਦੇਖੋ, ਹਾਂਜੀ ਡਿਊਟੀ ਛੱਡ, ਪਤਾ ਲਗਾ ਆ ਗਏ, ਹਾਂਜੀ ਡਿਊਟੀ ਛੱਡ ਕੇ ਆਏ ਆ। ਇਨਸਾਨੀਅਤ ਦੇ ਨਾਤੇ ਖੜੇ ਆ, ਇਹ ਨਹੀਂ ਕਹਿੰਦੇ ਵੀ ਅਸੀਂ ਕਿਸੇ ਵੀ ਬਰਾਦਰੀ ਦੇ, ਭਾਵੇਂ ਗੁੱਜਰ ਭਾਈਚਾਰਾ ਵਾ ਚਾਹੇ ਕੋਈ ਜਿਹੜੀ ਕਮਿਊਨਿਟੀ ਆ, ਅਸੀਂ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਹੈਗੇ, ਅਸੀਂ ਉਹਨਾਂ ਲੋਕਾਂ ਦੇ ਖਿਲਾਫ ਆ ਜਿਹੜੇ ਇਨਸਾਨੀਅਤ ਦੇ ਵਿਰੋਧੀ ਆ। ਤੇ ਸੋ ਫੌਜੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਸੁੱਖਾ ਕਲਿਆਣ ਵੀਰ ਜੀ, ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਵੀਰ ਮੇਰੇ ਫੋਟੋਗ੍ਰਾਫਰ ਦਾ ਮਤਲਬ ਕਿ ਵੀਡੀਓ ਬਣਾ ਰਹੇ ਆ, ਸੁੱਖੇ ਵੀਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਫਿਰ ਮੇਰਾ ਵੀਰ ਸਿਕੰਦਰ ਢਿੱਲੋਂ ਸਪੈਸ਼ਲ ਵਿਚਾਰਾ ਲੁਧਿਆਣੇ ਤੋਂ ਚੱਲ ਕੇ, ਕੱਲ ਵੀ ਸਾਡੇ ਨਾਲ ਅੰਮ੍ਰਿਤਸਰ ਮਾਨਾਵਾਲ ਤੋਂ 2 ਵੀਰ ਮੰਦਬੁੱਧੀਆਂ ਨੂੰ ਛਡਾਇਆ ਸੀਗਾ 100 ਕਿਲੋਮੀਟਰ, ਕੱਲ ਵੀ ਅਪ ਡਾਊਨ ਕੀਤਾ ਵਿਚਾਰੇ ਨੇ ਬੱਸ ਤੇ, ਅੱਜ ਵੀਰ ਜੀ ਹੁਣੀ ਲੁਧਿਆਣੇ ਤੋਂ ਚੱਲ ਕੇ ਨਾਈਟ ਦੀ ਡਿਊਟੀ ਕੀਤੀ ਇਹਨਾਂ ਨੇ, ਨਾਈਟ ਡਿਊਟੀ ਕਰਦੇ ਆ, ਠੀਕ ਹੈ ਜੀ, ਨਾਈਟ ਡਿਊਟੀ ਕਰਕੇ ਹੁਣ ਇਹਨਾਂ ਨੇ ਇੱਥੋਂ ਰਾਤ ਨੂੰ ਜਾਂਦੇ ਸਾਰੇ ਨਾਈਟ ਡਿਊਟੀ ਤੇ ਫਿਰ ਚੜ ਜਾਣਾ। ਹਾਂਜੀ
ਤੇ 2-3 ਦਿਨ ਹੋ ਗਏ ਵੀਰ ਵਿਚਾਰਾ ਸੁੱਤਾ ਨਹੀਂ ਹੈ ਸਿਕੰਦਰ ਵੀਰ ਦਾ। ਤੇ ਇਹ ਮੈਂ ਸਾਰੀ ਸੰਗਤ ਨੂੰ ਧੰਨਵਾਦ ਬੇਨਤੀ ਕਰਦਾ ਚਾਹੁੰਦਾ ਵਾਂ ਕਿ ਇਹ ਵੀਰ ਆਪਣਾ ਸਿੰਗਿੰਗ ਦਾ ਆਪਣਾ ਸ਼ੌਂਕ ਰੱਖਦਾ ਵਾ, ਪ੍ਰੋਫੈਸ਼ਨ ਰੱਖਦਾ ਵਾ। ਸਿਕੰਦਰ ਢਿੱਲੋ ਨਾਂ ਤੇ ਇਹਨਾਂ ਦਾ ਯੂਟਿਊਬ ਤੇ ਇਹਨਾਂ ਦਾ ਪੇਜ ਵੀ ਆ, ਜ਼ਰੂਰ ਸਬਸਕ੍ਰਾਈਬ ਕਰਿਓ। ਹਮ ਭਾਈ ਸਾਹਿਬ ਪੰਜਾਬ ਸੇ ਬੋਲ ਰਹੇ ਹਾਂ, ਪੰਜਾਬ ਸੇ, ਅੰਮ੍ਰਿਤਸਰ ਸੇ। ਹਮਾਰੇ ਪਾਸ ਨਾ ਇੱਕ ਆਪਕੇ ਗਾਂਵ ਪਹੁੰਚ ਚੁੱਕਾ ਇੱਕ ਆਦਮੀ ਹੈ, ਹਮਨੇ ਗੁਜਰੋਂ ਸੇ ਉਸਕੋ ਆਜ਼ਾਦ ਕਰਵਾਇਆ ਹੈ, ਠੀਕ ਹੈ ਸਰ। ਵੋ ਪਾਂਚੂ ਆਪਣਾ ਨਾਮ ਪਾਂਚੂ ਬੋਲ ਰਿਹਾ ਹੈ, ਔਰ ਫਾਦਰ ਕਾ ਨਾਮ ਕਿਆ ਬੋਲ ਰਹਾ ਥਾ? ਆਪਣੇ ਪਿਤਾ ਕਾ ਨਾਮ ਠੇਕੇਦਾਰ, ਕੀ ਪਿਤਾ ਕਾ ਨਾਮ ਕਿਆ ਬੋਲਾ ਥਾ? ਵੀਰਮ ਚੰਦ। ਵੀਰਮ ਚੰਦ ਆਪਣੇ ਬਾਪ ਕਾ ਨਾਮ ਬੋਲ ਰਿਹਾ ਹੈ, ਔਰ ਦਾਦਾ ਕਾ ਨਾਮ ਬੋਲ ਰਹਾ ਥਾ? ਮੰਗੂ ਠੇਕੇਦਾਰ। ਮੰਗੂ ਠੇਕੇਦਾਰ, ਮੰਗੂ ਠੇਕੇਦਾਰ ਆਪਣੇ ਦਾਦਾ ਕਾ ਨਾਮ ਮੰਗੂ ਠੇਕੇਦਾਰ ਬੋਲ ਰਿਹਾ ਹੈ, ਔਰ ਬਾਪ ਕਾ ਨਾਮ ਵੀਰਮ ਚੰਦ ਬੋਲ ਰਿਹਾ ਹੈ। ਭਾਈ ਸਾਹਿਬ ਬਾਤ ਐਸੀ ਹੈ ਕਿ ਯੇ ਜੋ ਆਦਮੀ ਹੈ ਹੈ ਨਾ ਹਮਾਰੇ ਪਾਸ ਆਪਕੇ ਗਾਂਵ ਕਾ ਹੈ, ਇਸਕੋ ਯਹਾਂ ਪੇ ਪੰਜਾਬ ਮੇ ਕਿਸ ਇਸੀ ਗਾਂਵ ਕਾ ਹੈ ਨਾ, ਕਿਉਂਕਿ ਹਮੇ ਇਸੇ ਲੇ ਹਾਂ ਹਾਂ ਕਿਉਂਕਿ ਹਮੇ ਇਸ ਆਦਮੀ ਕੋ ਲੈ ਕੇ ਆਉਣਾ ਹੈ। ਭਾਈ ਸਾਹਿਬ ਬਸ ਸੁਣਨਾ, ਭਾਈ ਸਾਹਿਬ ਇਹਦੇ ਬਸ ਸੁਣਨਾ, ਜੇ ਪਾਂਚੂ ਗਾਂਵ ਹੀ ਹੈ ਨਾ? ਹਾਂ ਪਾਂਚੂ ਹੈ। ਇਸ ਬੰਦੇ ਕੋ ਜਾਣਦੇ ਹੋ? ਜੇ ਬੰਦਾ ਇਸ ਬੰਦੇ ਕੋ ਜਾਣਦੇ ਹੋ? ਇਹ ਆਪਕੇ ਬਾਬੂ ਕਾ ਨਾਮ, ਬਾਬੂ ਕਾ ਨਾਮ ਕਿਆ ਹੈ ਤੁਹਾਰੇ ਕਾ? ਠੇਕੇਦਾਰ ਮੰਗਲ, ਮੰਗਲ ਠੇਕੇਦਾਰ, ਮੰਗੂ ਠੇਕੇਦਾਰ, ਮੰਗੂ ਠੇਕੇਦਾਰ, ਮੰਗੂ ਠੇਕੇਦਾਰ। ਬਾਪ ਕਾ ਨਾਮ ਵੀਰਮ ਹੈ ਔਰ ਦਾਦਾ ਕਾ ਨਾਮ ਮੰਗੂ ਠੇਕੇਦਾਰ ਹੈ। ਅੱਛਾ ਵੀਰਮ ਕਾ ਹੈ ਉਹ? ਹਾਂ ਮੰਗੂ, ਉਸਕੇ ਬਾਪ ਕਾ ਨਾਮ ਮੰਗੂ ਹੈ? ਬਾਬਾ ਕਾ, ਬਾਬਾ ਕਾ ਨਾਮ, ਬਾਬਾ ਕਾ। ਹਾਂ ਹਾਂ, ਇਹ ਗੁਜਰੋਂ ਸੇ ਛੁਡਵਾ ਕਰ ਲਾਏ? ਹਾਂ ਗੁਜਰੋਂ ਸੇ ਛੁਡਵਾ ਕਰ ਲਾਏ, ਕੋਈ ਨਹੀਂ, ਪੰਜਾਬ ਸੇ। ਅੱਛਾ, ਇਸਕਾ ਘਰ ਕਹਾਂ ਪੇ? ਘਰ ਕਾ ਇਸਕਾ ਵੈਸੇ ਤੋ ਕਹਿ ਦੇ ਮੈਂ, ਯਹਾਂ ਅੱਗ ਜਾਓਗੇ ਨਾ, ਹਾਂਜੀ, ਹੋਰ ਪੇ ਗਾਂਵ ਮੁਖ ਨਿਕਲ ਕੇ, ਅਰੇ ਮੰਦਿਰ ਹੈ ਮਾਰਾ ਜੀ ਹਿੰਦੂ ਕਾ ਹੀ, ਹਿੰਦੂ ਕਾ ਮੰਦਿਰ, ਉਸਕੇ ਘਰੇ ਨੂੰ ਨਿਕਲ ਕੇ ਅੱਗੇ ਜਾਈਓ। ਹੁਣ ਵੀਰ ਜੀ ਅਸੀਂ ਲੈ ਚੱਲੇ ਆਪ ਜੀ ਨੂੰ ਕਲਿਆਣ ਫੈਮਿਲੀ ਦੇ ਘਰੇ, ਜਿੱਥੇ ਉਹਨਾਂ ਨੇ ਆਪਾਂ ਨੂੰ ਪ੍ਰਸ਼ਾਦਾ ਪਾਣੀ ਚੁਕਾਇਆ। ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਰਾਓ ਸਾਹਿਬ ਭਾਜੀ ਬੈਠੇ ਆ, ਇਹ ਸੂਫੀ ਸਿੰਗਿੰਗ ਬਹੁਤ ਵਧੀਆ ਕਰਦੇ ਆ, ਤੁਹਾਨੂੰ ਇਹਨਾਂ ਦੀ ਸਿੰਗਿੰਗ ਵੀ ਹੁਣ ਤੁਹਾਨੂੰ ਦਿਖਾਵਾਂਗੇ, ਤੇ ਨਾਲ ਨਾਲ ਸਿਕੰਦਰ ਵੀਰ ਜੀ ਦਾ ਵੀ ਜਿਹੜਾ ਸਿੰਗਿੰਗ ਦਾ ਜਿਹੜਾ ਤੁਹਾਨੂੰ ਫੈਸ਼ਨ ਆ, ਪ੍ਰੋਫੈਸ਼ਨ ਆ, ਉਹ ਵੀ ਤੁਹਾਨੂੰ ਦਿਖਾਵਾਂਗੇ, ਨਾਲ ਨਾਲ ਥੋੜ੍ਹਾ ਬਹੁਤਾ ਹਾਸਾ ਮਜ਼ਾਕ ਵੀ ਚੱਲੂਗਾ। ਅਤੇ ਇਸ ਵੀਡੀਓ ਨੂੰ ਜ਼ਰੂਰ ਵੇਖਿਓ, ਅਤੇ ਜਿਹੜਾ ਇਸ ਵੀਡੀਓ ਦਾ ਅਗਲਾ ਪਾਰਟ ਵਾ, ਕਿਉਂਕਿ ਇਸ ਪਰਵੀਰ ਦਾ ਜਿਹੜਾ ਆਪਾਂ ਇੱਥੋਂ ਛੁਡਵਾਇਆ ਵਾ, ਉਹਦਾ ਵੀਰ ਦਾ ਘਰ ਲੱਭ ਗਿਆ ਜੀ, ਤੁਹਾਨੂੰ ਸਾਰੀ ਮੈਂ ਵੀਡੀਓ ਦਿਖਾਊਂਗਾ, ਬਣੇ ਰਿਹੋ। ਅਤੇ ਸੋ ਅਗਲਾ ਪਾਰਟ ਕੱਲ੍ਹ ਰਾਤ ਨੂੰ 8 ਵਜੇ ਪਾ ਦਿੱਤਾ ਜਾਵੇਗਾ ਸੰਗਤ ਜੀ। ਪਰਮ ਸਤਿਕਾਰ ਡਾਕਟਰ ਐਸ ਐਸ ਪਰਵਾਨਾ ਜੀ ਦੀ ਰਚਨਾ ਪੇਸ਼ ਕਰ ਪੂਰੀ ਵੀਡੀਓ ਬਣੀ ਚਿੰਤਾ ਨਾ। ਹਾਂ ਇਹ ਬੰਦ ਕਰ।
ਡਾਕਟਰ ਪਰਵਾਨਾ ਜੀ ਕਹਿੰਦੇ ਨੇ, ਪੇਸ਼ਕ ਖਿਦਮਤ ਹੈ ਤੁਹਾਡੇ ਚਰਨਾਂ 'ਚ। ਸਾਡੀ ਦੋਸਤੀ ਦੋਸਤਾਂ ਸਵੇਰਿਆਂ ਦੇ ਨਾਲ, ਸਾਡੀ ਦੋਸਤੀ ਦੋਸਤਾਂ ਸਵੇਰਿਆਂ ਦੇ ਨਾਲ, ਸਾਡਾ ਵੈਰ ਨਹੀਂ ਉਹ ਕੋਈ ਵੀ, ਸਾਡਾ ਵੈਰ ਨਹੀਂ ਉਹ ਕੋਈ, ਸਾਡਾ ਵੈਰ ਨਹੀਂ ਉਹ ਕੋਈ, ਸਾਡਾ ਵੈਰ ਨਹੀਂ ਉਹ ਕੋਈ ਵੀ ਹਨੇਰਿਆਂ ਦੇ ਨਾਲ, ਸਾਡੀ ਦੋਸਤੀ ਦੋਸਤਾਂ ਸਵੇਰਿਆਂ ਦੇ ਨਾਲ, ਸਾਡੀ ਦੋਸਤੀ ਦੋਸਤਾਂ ਸਵੇਰਿਆਂ ਦੇ ਨਾਲ। ਬਾਬਾ ਜੀ ਲਈ ਇੱਕ ਲਾਈਨ ਹੈ, ਮਸਾ ਮਸਾ ਹੈ ਪ੍ਰਾਉਣਾ, ਕੋਈ ਸਾਡੇ ਦਿਲ ਵੇੜੇ ਆਇਆ, ਸਾਡੇ ਦਿਲ ਵੇੜੇ ਆਇਆ, ਸਾਡੇ ਦਿਲ ਵੇੜੇ ਆਇਆ, ਮਸਾ ਮਸਾ ਹੈ ਪ੍ਰਾਉਣਾ, ਕੋਈ ਦਿਲ ਵੇੜੇ ਆਇਆ, ਸਾਡੇ ਦਿਲ ਵੇੜੇ ਆਇਆ, ਅਸਾਂ ਉਂਝ ਤੇ ਨਿਭਾਈ ਦੇ ਬਥੇਰਿਆਂ ਦੇ ਨਾਲ, ਸਾਡੀ ਦੋਸਤੀ ਦੋਸਤਾਂ ਸਵੇਰਿਆਂ ਦੇ ਨਾਲ, ਸਾਡੀ ਦੋਸਤੀ ਦੋਸਤਾਂ ਸਵੇਰਿਆਂ ਦੇ ਨਾਲ। ਔਰ ਬਾਬਾ ਜੀ ਮੈਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਕਿ ਨੀਹਾਂ ਕੱਚੀਆਂ ਦੇ ਉਸਰੇ ਨੇ, ਤੀਨ ਲੋਕ ਨਵ ਖੰਡ ਮੈਂ, ਤੀਨ ਲੋਕ ਨਵ ਖੰਡ ਮੈਂ, ਗੁਰੂ ਸੇ ਬੜਾ ਨ ਕੋਈ, ਤੀਨ ਲੋਕ ਨਵ ਖੰਡ ਸੇ ਗੁਰੂ ਸੇ ਬੜਾ ਨ ਕੋਈ, ਕਰਤਾ ਕਰੇ ਕਰ ਨਾ ਸਕੇ, ਗੁਰੂ ਚਾਹੇ ਸੋ ਹੋਏ। ਜਿੱਦਾਂ ਅੱਜ ਤੁਸੀਂ ਆਏ ਏਡੇ ਦੂਰੋਂ, ਐਸੇ ਸੇਵਾ ਏਡੀ ਵੱਡੀ ਸੇਵਾ, ਇਹ ਗੁਰੂ ਦੇ ਬਿਨਾਂ ਗੁਰੂ ਕੀ ਕਿਰਪਾ ਸੀ ਨਹੀਂ ਹੋ ਸਕਦਾ। ਔਰ ਜਦੋਂ ਮੁਰਸ਼ਦ ਦੀ ਕਿਰਪਾ ਹੁੰਦੀ ਹੈ ਬਾਬਾ ਜੀ, ਕੀ ਕਹਿੰਦੇ ਨੇ, ਦੱਸ ਸੱਜਣਾ ਵੇ ਕੌਣ ਤੇਰੇ ਵਿੱਚੋਂ ਬੋਲਦਾ, ਦੱਸ ਸੱਜਣਾ ਵੇ ਕੌਣ ਤੇਰੇ ਵਿੱਚੋਂ ਬੋਲਦਾ, ਉਹੀ ਨਾ ਹੋਵੇ ਕਿਤੇ, ਉਹੀ ਨਾ ਹੋਵੇ ਕਿਤੇ, ਉਹੀ ਨਾ ਹੋਵੇ ਕਿਤੇ ਜਿਹਨੂੰ ਫਿਰ ਢੋਲਦਾ, ਦੱਸ ਸੱਜਣਾ ਵੇ ਕੌਣ ਤੇਰੇ ਵਿੱਚੋਂ ਬੋਲਦਾ। ਬਾਬਾ ਜੀ ਬੰਦਾ ਕਹਿੰਦਾ ਮੈਂ ਮੈਂ ਮੈਂ, ਇੱਥੇ ਤੁਹਾਡੇ ਵਰਗੇ ਲੇਖਕ ਜਿਹੜੇ ਕਹਿੰਦੇ ਨੇ, ਆਪਣਿਆਂ ਸੁਜਾਨ ਨਾਲ, ਆਪਣਿਆਂ ਸੁਜਾਨ ਨਾਲ, ਆਪਣਿਆਂ ਸੁਜਾਨ ਨਾਲ, ਕਿਸੇ ਨੂੰ ਨਾ ਸੁਜਿਆ, ਗੁਰੂ ਦੇ ਪਿਆਰਿਆਂ ਨੇ ਗੁਰੂ ਕੋਲ ਬੁਝਿਆ, ਗੁਰੂ ਦੇ ਪਿਆਰਿਆਂ ਨੇ ਗੁਰੂ ਕੋਲ ਬੁਝਿਆ,
ਪੂਰਾ ਗੁਰੂ ਭੇਦ ਏ, ਪੂਰਾ ਗੁਰੂ ਭੇਦ ਏ, ਅਭੇਦ ਵਾਲਾ ਖੋਲਦਾ। ਦੱਸ ਸੱਜਣਾ ਵੇ ਕੌਣ ਤੇਰੇ ਵਿੱਚ ਬੋਲਦਾ। ਨੈਣਾ ਦੇ ਝਰੋਖੀ ਬੈਠਾ, ਨੈਣਾ ਦੇ ਝਰੋਖੀ ਬੈਠਾ, ਨੈਣਾ ਦੇ ਝਰੋਖੀ ਬੈਠਾ, ਕੌਣ ਪਲਾ ਤੱਕਦਾ। ਦੀਦੇ ਹੀ ਨਚਾਉਂਦਾ ਨਾਲੇ ਪੁਤਲੀਆਂ ਨੱਚਦਾ, ਦੀਦੇ ਹੀ ਨਚਾਉਂਦਾ ਨਾਲੇ ਪੁਤਲੀਆਂ ਨੱਚਦਾ। ਕੌਣ ਬੂਹੇ ਪਲਕਾਂ ਦੇ, ਕੌਣ ਬੂਹੇ ਪਲਕਾਂ ਦੇ, ਭੇਦ ਦਾਤਾ ਖੋਲਦਾ। ਦੱਸ ਸੱਜਣਾ ਵੇ ਕੌਣ ਤੇਰੇ ਵਿੱਚ ਬੋਲਦਾ। ਗੁਰੂ ਕੋਲ ਅੱਖ ਲੈ ਲੈ, ਗੁਰੂ ਕੋਲ ਅੱਖ ਲੈ ਲੈ, ਗੁਰੂ ਕੋਲ ਅੱਖ ਲੈ ਲੈ, ਜੇ ਤੂੰ ਚਾਹੁੰਦਾ ਬੁੱਝਣਾ। ਜੋਤ ਨਾਲ ਮਨ ਦੀ ਜਗਾ ਲੈ ਜੋਤ ਸੱਜਣਾ, ਜੋਤ ਨਾਲ ਮਨ ਦੀ ਜਗਾ ਲੈ ਜੋਤ ਸੱਜਣਾ। ਖੇੜ ਵਾਲਾ ਮੁੱਲ ਪੈ ਜਾਓ, ਖੇੜ ਵਾਲਾ ਮੁੱਲ ਪੈ ਜਾਓ, ਜ਼ਿੰਦ ਅਨਮੋਲ ਦਾ। ਦੱਸ ਸੱਜਣਾ ਵੇ ਕੌਣ ਤੇਰੇ ਵਿੱਚੋਂ ਬੋਲ ਦਾ। ਓਕੇ ਜੀ।